ਹਾਂਜੀ ਤੁਸੀਂ ਇੱਥੇ ਖਲੋਤੇ ਹੋ ਬਾਹਰ ਲੈਟਰੀਨਾਂ 'ਚ ਬੰਦੇ ਫ੍ਰੀ ਵੜ ਗਏ ਡੈਡੀ ਸਾਹਿਬ ਆਹਾ ਕੀ ਲਿਖ ਬੈਠਾ ਕੀ ਲਿਖ ਬੈਠਾ ਕੀ ਲਿਖ ਬੈਠਾ ਹੈ ਅਰਜ਼ ਕੀਤਾ ਕਿ ਸੱਤੇ ਜਾਲ ਸ਼ਿਕਾਰੀ ਪਖੂਆਂ ਦੇ ਹਾਂ ਉਡਮੋਰ ਜਾਵੇ ਬੜਾ ਦੁੱਖ ਲੱਗਦਾ ਹੈ ਅੱਛਾ ਗੁੱਡੀਆ ਤਸਮਾਨੀ ਚੜੀ ਹੋਵੇ ਟੁੱਟਡੋਰ ਜਾਵੇ ਬੜਾ ਦੁੱਖ ਲੱਗਦਾ ਹੈ ਹਾਂ ਮਿਹਨਤ ਨਾਲ ਮਸ਼ੂਕ ਫਸਾਇਆ ਹੋਵੇ ਲੈ ਕੋਈ ਹੋਰ ਜਾਵੇ ਬੜਾ ਦੁੱਖ ਲੱਗਦਾ ਹੈ ਲੈ ਕੋਈ ਹੋਰ ਜਾਵੇ ਬੜਾ ਦੁੱਖ ਲੱਗਦਾ ਹੈ ਤੂੰ ਬੈਠਾ ਹੋਵੇਂ ਫੈਸਲਾਬਾਦ ਦੀ ਗੱਡੀ 'ਚ ਉਹ ਲੈ ਪਿਸ਼ੌਰ ਜਾਵੇ ਬੜਾ ਦੁੱਖ ਲੱਗਦਾ ਹੈ ਤੂੰ ਕੀਤੀ ਹੋਵੇ ਰਜ਼ਾਈ ਸਰਦੀਆਂ 'ਚ ਗਰਮ ਹਾਂ ਬੜ ਕੋਈ ਹੋਰ ਜਾਵੇ ਬੜਾ ਦੁੱਖ ਲੱਗਦਾ ਹੈ ਬੜ ਕੋਈ ਹੋਰ ਜਾਵੇ ਬੜਾ ਦੁੱਖ ਲੱਗਦਾ ਹੈ ਤੂੰ ਖਲੋਤਾ ਹੋਵੇਂ ਇੱਥੇ ਪਿੱਛੋਂ ਲੱਗੇ ਮੇਰਾ ਜ਼ੋਰ ਬੜਾ ਦੁੱਖ ਲੱਗਦਾ ਹੈ ਹੋਰ ਬਸ਼ੇਰਤ ਵੀ ਸੁਣਾ ਕੁੱਤੇ ਦੇ ਆ ਪੁੱਤਰਾ ਮੇਰਾ ਮਸ਼ੂਕ ਦੌੜ ਗਿਆ ਤੇ ਪੁਜਾਰ ਵਾਲਾ ਲੈ ਗਿਆ ਟਰੂ ਵਾਲੇ ਦਿਨ ਦਾ ਹਲੇ ਤੱਕ ਵਾਪਸ ਨਹੀਂ ਆਇਆ ਮੈਂ ਸ਼ਾਇਰ ਆ ਮੇਰੇ ਸ਼ੇਰ ਪੁੱਠੇ ਹੋ ਗਏ ਨੇ ਸ਼ੇਰ ਅੱਛਾ ਜੀ ਸੁਣਾ ਫਿਰ ਇਹ ਤੇਰੇ ਲਈ ਘਟਿਆ ਆਦਮੀ ਲਈ ਸ਼ੇਰ ਹਾਂ ਕਿ ਕੁਝ ਤੇ ਦੁਨੀਆਦਾਰੀ ਰੱਖ ਤੇ ਭਾਵੇਂ ਪਿਆਰ ਬਜ਼ਾਰੀ ਰੱਖ ਅੱਛਾ ਟੈਲੀਫੋਨ ਤੂੰ ਕਰਨਾ ਨਹੀਂ ਮਿਸ ਕਾਲ ਤੇ ਮਾਰੀ ਰੱਖ ਇਹ ਸ਼ੇਰ ਤੇ ਨਹੀਂ ਬਗੈਰਤੀ ਏ ਤੇਰੀ ਅਸਲਾਮ ਓਏ माही 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 मैनू छला पवा दे खिच एदी फोटो थले कंजर लगा दे माही 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 मैनू छला पवा दे तेरिया छे पहना एक मैनू भी लिया दे माही 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 मैनू छला पवा दे तेनू छला पवा देने पर तेनू पवावांगे बवा सीर वाला छला कुड़ी वाला छला तेनू सूट नहीं करना साले ਕੀ ਹੋਣ ਦੇ ਇਥੇ ਓਏ ਮਾਹੀ ਮਾਹੀ ਮੈਨੂੰ ਆਪਣਾ ਘਰ ਤੂੰ ਵਿਖਾ ਦੇ ਫੇਰ ਆਵੇ ਜੇ ਸ਼ਿਕਾਇਤ ਜਿਹੜੀ ਮਰਦੀ ਸਜ਼ਾ ਦੇ ਮਾਹੀ ਮਾਹੀ ਇਹ ਤੇ ਸ਼ਾਇਰ ਹੈ ਹਾਂਜੀ ਦਾਈ ਅਰਜ਼ ਕੀਤਾ ਕਿ ਕੌਣ ਕਹਤਾ ਹੈ ਕਿ ਮੌਤ ਆਈ ਤਾਂ ਮਰ ਜਾਊਂਗਾ ਮੈਂ ਤੁਸ਼ਾਰ ਹੂੰ ਤੁਹਾਡੇ ਘਰ ਵੜ ਜਾਊਂਗਾ ਨਾ ਤੂੰ ਸ਼ਾਇਰ ਹੋ ਨਾ ਸ਼ਾਇਰ ਕੇ ਭਤੀਜੇ ਤੂੰ ਹੋ ਚੰਦ ਮੁਹੱਲੇਦਾਰੋਂ ਕੀ ਗਲਤੀ ਕੇ ਨਤੀਜੇ ਮੈਂ ਕਿਹਾ ਮਹੱਲੇਦਾਰ ਵੀ ਆਏ ਨੇ ਕਿੱਥੇ ਨਹੀਂ ਐ ਬੈਠੇ ਨੇ ਇੰਨੇ ਨਹੀਂ ਸਨ 6-7 ਬੰਦੇ ਸਨ ਉਦੋਂ ਇੰਨੇ ਨਹੀਂ ਸਨ ਕੀ ਲਿਖ ਬੈਠਾ ਕੀ ਲਿਖ ਬੈਠਾ ਕੀ ਲਿਖ ਬੈਠਾ ਸਾਲਿਆ ਆਪਣੀ ਮਾਂ ਦੀ ਤਲਾਕ ਤੇ ਲਿਖ ਬੈਠਾ ਕੀ ਲਿਖ ਬੈਠਾ ਅਰਜ਼ ਕੀਤਾ ਕਿ ਸੋਨੇ ਦਾ ਕਲਾਕ ਹੋਵੇ ਉਹ ਭਾਈ ਸਵੈਟਰ ਵਾਲਿਆ ਤੇਰੀ ਭੈਣ ਨੂੰ ਤਲਾਕ ਹੋਵੇ ਉਹ ਬਗੈਰ ਇਹਦੀ ਵਾਲਦਾ ਸ਼ਾਇਰ ਹੈ ਅੱਛਾ ਜੀ ਉਹ ਤੇ ਹੈ ਗੁੰਗੀ ਗੁੰਗੀ ਤੇ ਲਿਖਣਾ ਹੱਥਾਂ ਨਾਲ ਕਿ ਜ਼ੁਬਾਨ ਨਾਲ ਸਾਲਿਆ ਘਬਰਾ ਕੇ ਗੱਲ ਵੀ ਨਹੀਂ ਸਹੀ ਦੱਸਣ ਦਿਆ ਇਹਦੀ ਵਾਲਦਾ ਸ਼ਾਇਰਾ ਉਹ ਫਰਮਾਂਦੀ ਹੈ ਮੈਂ ਝੂਠਾ ਮੁਰਸ਼ਦ ਫੜ ਬੈਠੀ ਮੈਂ ਪਰਾਈ ਅੱਗ ਵਿੱਚ ਸੜ ਬੈਠੀ ਮੇਰੀਆਂ ਚੀਕਾਂ ਪੂਰੇ ਪਿੰਡ ਨੇ ਸੁਣੀਆਂ ਮੈਂ ਹੋਰ ਕਿਸੇ ਘਰ ਵੜ ਬੈਠੀ ਓ ਤੁਸੀਂ ਸਾਰੇ ਇੱਕ ਦੂਜੇ ਦੀ ਮਾਂ ਭੈਣ ਦੇ ਘਰ ਜਾਂਦੇ ਹੋ ਆਹੋ ਮੈਂ ਨਹੀਂ ਜਾਂਦਾ ਕਿਉਂ ਉਹ ਆਪ ਜੂ ਆ ਜਾਂਦੀਆਂ ਨੇ ਉਹ ਤੇ ਇਹਦੇ ਤੇ ਸ਼ੇਰ ਹੈ ਉਹ ਪਤਾ ਕਿਤੇ ਕਾਦਲ ਹੀ ਆਉਂਦੀਆਂ ਨੇ ਕਾਦਲ ਹੀ ਕਿ ਭਾਈ ਕੂੜਾ ਲੈ ਜਾ ਅਰਜ਼ ਕੀਤਾ ਆਦਮ ਨਾ ਹੁੰਦਾ ਤੇ ਦਾਣਾ ਨਾ ਹੁੰਦਾ ਵਾਹ ਜੀ ਵਾਹ ਆਦਮ ਨਾ ਹੁੰਦਾ ਤੇ ਦਾਣਾ ਨਾ ਹੁੰਦਾ ਸਮੁੰਦਰੀ ਨਾ ਹੁੰਦੀ ਰਜਾਣਾ ਨਾ ਹੁੰਦਾ ਚੌਂਕੀ ਨਾ ਹੁੰਦੀ ਥਾਣਾ ਨਾ ਹੁੰਦਾ ਨੂਰ ਜਾਣਾ ਹੁੰਦੀ ਗਾਣਾ ਨਾ ਹੁੰਦਾ ਜੇ ਇਹਦੀ ਮਾਂ ਮਲੋਕ ਨਾ ਖਾਂਦੀ ਇਹੋ ਜਿਹਾ ਨਿਆਣਾ ਨਾ ਹੁੰਦਾ ਇਹ ਮੇਰੀ ਮਾਂ ਮਲੋਕ ਨਾ ਖਾਂਦੀ ਇਹੋ ਜਿਹਾ ਨਿਆਣਾ ਨਾ ਹੁੰਦਾ ਮੈਂ ਵੀ ਨਹੀਂ ਸੀ ਫੜਿਆ ਜਾਣਾ ਜੇ ਤੁਹਾਡੇ ਘਰ ਦੇ ਕੋਲ ਥਾਣਾ ਨਾ ਹੁੰਦਾ ਇਹਨੇ ਵੀ ਨਹੀਂ ਸੀ ਫੜਿਆ ਜਾਣਾ ਜੇ ਤੁਹਾਡੇ ਘਰ ਕੋਲ ਥਾਣਾ ਨਾ ਹੁੰਦਾ ਤੂੰ ਵੀ ਐਡਾ ਚਿੱਟਾ ਨਹੀਂ ਸੀ ਹੋਣਾ ਜੇ ਤੁਹਾਡੇ ਹਲ ਪਠਾਨ ਦਾ ਆਣਾ ਜਾਣਾ ਨਾ ਹੁੰਦਾ ਪਠਾਨ ਦਾ ਆਣਾ ਜਾਣਾ ਨਾ ਹੁੰਦਾ ਤੇਰੇ ਲੱਕ ਦੀ ਹੱਡੀ ਵੀ ਟੁੱਟ ਜਾਣੀ ਸੀ ਜੇ ਥੱਲੇ ਸਰਾਣਾ ਨਾ ਹੁੰਦਾ ਸਾਲਿਆ ਇਹਦੀ ਵਾਲਦਾ ਨੇ ਕੁਝ ਲਿਖਿਆ ਇਹਦੀ ਵਾਲਦਾ ਨੇ ਮੈਨੂੰ ਜੁੱਤੀ ਤੇ ਲਿਖਿਆ ਜੀ ਚਲੋ ਜੀ ਭਾਈ ਜੀ ਤੁਸੀਂ ਇਹਦੀ ਵਾਲਦਾ ਗੱਲ ਕੋਠੇ ਤੇ ਗਾਉਣ ਦੀ ਸੀ ਕੀ ਚੱਲੀ ਸਾਵਾਂ ਦੀ ਹਨੇਰੀ ਦਾ ਨਾਲ ਹਿੱਲ ਗਿਆ ਖਰਾਬ ਹੋ ਜਾ ਗਿਆ ਖਰਾਬ ਕਿਉਂ ਚਲੋ ਭਾਜੀ ਚਲੋ ਉਹ ਭਾਜੀ ਮੈਂ ਉਹ ਭਾਜੀ ਚਲੋ ਉਹ ਬਾਬਾ ਲੈ ਭਾਜੀ ਚੱਲ ਚੱਲ ਹਾਂ ਬਈ ਹਾਂ ਹਾਂ ਬੋਲ ਹੁਣ ਕੀ ਬੋਲ ਤੂੰ ਬੋਲ ਸਾਲਿਆ ਤੂੰ ਬੋਲ ਆ ਗੱਲ ਕਰ ਮਾਸਟਰ ਨੂੰ ਚੁੰਨੀਆਂ ਦੇ ਕੇ ਪਾਸ ਹੋਣ ਵਾਲਿਆ ਹਾਂ ਹੋਰ ਆ ਗੱਲ ਕਰ ਫਿੱਕੇ ਲੱਛੇ ਵੇਚਣ ਵਾਲਿਆ ਹੋਰ ਆ ਗੱਲ ਕਰ ਭੈਣ ਦਾ ਲਾਲਾ ਮੱਥੇ ਤੇ ਬੰਨ ਕੇ ਰੈਂਬੋ ਬਣਨ ਵਾਲਿਆ ਤੈਨੂੰ
कौन ज्यादती कर सकता है, तू करनी है ज्यादतियां। तुम एक जलील आदमी हो, बदतमीज हो, तुम्हारे घर माँ बहने नहीं है। शादी ब्याह बैठी हो नाल दी औरत कहे चल इधर नच के वाह, हां कहनी हां हाय मैं नहीं कभी नची। सही बात है, जरा जोर पाओ ते पर्स जो अपने केसड़ करके दे दे, लो फिर लाओ। बड़ी 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 मुबारक होवे, पिंडो अम्मी नु बुला ले। मेरी अम्मी एडी हुंदी मैं तेरे नाल ही होना सी। नहीं नहीं बैणी, नहीं नहीं हद हो गई, मैं गल भी कोई नहीं होगी। मेरे को कसम चुका लो, मेरे ना सच्ची मुझे फसी होवे, मैं इंजना कराए नाल सालिया तेरे ना हूं करन ली, पहला आप बंदे नु कोड़ी बनना पैंदा, फिर जाके हूं। ये देख ले डॉक्टर साहब कितनी गंदी बातें कर रहे हैं। सलील कमीने, हां जी, तो मैं तन्नू सुल्तान दे फर्क मु मर दियो। ਤੁਹਾਡੀਆਂ ਕਾਹਦੀਆਂ ਸੌਦਾ ਸੀ, ਨਹੀਂ ਜਾਂਦੇ ਉਹ ਕੱਚੇ ਰੂਟਾਂ ਦੇ। ਕਿਹੜੇ ਕੱਚੇ ਰੂਟ? ਜਦੋਂ ਮੈਂ ਤੈਨੂੰ ਟਾਈਮ ਸਿਰ ਤਨਖਾਹ ਦਿੰਨਾ, ਬਦਤਮੀਜ਼ੀ ਕਰ, ਤੂੰ ਕੀ ਕੀਤਾ? ਡੋਈ ਸਾਹਿਬ ਇਸ ਨੇ ਮੈਨੂੰ ਛੇੜਿਆ, ਮੇਰੇ ਨਾਲ ਬਦਤਮੀਜ਼ੀ ਕੀ ਹੈ? ਕਿਉਂ ਛੇੜੀ? ਕਿਉਂ ਛੇੜਿਆ ਉਹਨੂੰ? ਮੈਂ ਨਹੀਂ ਛੇੜਿਆ ਡਾਕਟਰ ਸਾਹਿਬ। ਡਾਕਟਰ ਸਾਹਿਬ ਮੈਂ ਜੋਬ ਕੇ ਸਿਲਸਿਲੇ ਮੇਂ ਆਈ ਹਾਂ, ਅਖਬਾਰ ਮੇਂ ਮੈਨੇ ਇਸ਼ਤਿਹਾਰ ਪੜਾ ਥਾ ਕਿ ਆਪਕੋ ਸਟਾਫ ਨਰਸ ਕੀ ਜ਼ਰੂਰਤ ਹੈ, ਤੋ ਮੈਨੇ ਕਹਾ ਮੈਂ ਜਾ ਕੇ ਬਾਤ ਕਰਤੀ ਹੂੰ, ਅਗਰ ਮੈਨੂੰ ਜੋਬ ਮਿਲ ਜਾਏਗੀ ਤੋ ਮੈਂ ਆਪਕੋ ਬੜੀ ਦੁਆਏ ਦੂੰਗੀ ਡਾਕਟਰ ਸਾਹਿਬ। ਮੇਰੇ ਛੋਟੇ ਛੋਟੇ ਮਾਂ ਬਾਪ ਹੈ, ਬੜੇ ਬੜੇ ਬਹਿਨ ਭਾਈ ਹੈ ਡਾਕਟਰ ਸਾਹਿਬ। ਇਹ ਕੀ ਕੋਟੂ ਦੀ ਭੈਣ ਹੈ? ਹੋਰੇ ਕੌਣ ਆ ਗਈ ਹੈ? ਬਿਸਤਰੇ ਲਵੇਟਣ ਵਾਲੀ ਮਸ਼ੀਨ ਹੈ। ਕਹਾਂ ਸਹੀ ਆ ਜੀ, ਮੈਂ ਕੁਝ ਨਾ ਲਿਓ ਆਈ ਹਾਂ। ਕਿੰਨੇ ਬੰਦੇ ਟਾਈ ਹੈ ਜੀ? ਭੈਣਾਂ ਨੂੰ ਕਾ ਸ਼ਹਿਰ ਹੋਏ ਟੰਡੋ ਸ਼ੋ ਉਹ ਬਾਤ ਕੋ ਬਾਰੇ ਠੀਕ ਹੈ। जो पे कहेंगी अपने अच्छे मजाक बने डॉक्टर साहब ने, मेरी फ्रेगनेंस हो गई, आपको तकलीफ हो रही है, खबरदार फटाफट बच्चे चमक लिए, खबरदार करी। ओ सोने सोने नौकर रखी, लेकिन एक शर्त हो रही, क्या तुम डांस आउंदा? नहीं डॉक्टर साहब, जरे तमाश भी आदमी ने डांस वगैरह नौकर नहीं रखते। नहीं मुझे थोड़ा 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 करके वहां एंटरटेनमेंट, मरीज के एंटरटेनमेंट के एंटरटेनमेंट। अच्छा ये शर्त है यार, चले थोड़ा थोड़ा तो मैं कर ही लेता, करके वहां करके वहां मैं करके दिखा देती, कोई वैसी टेंशन नहीं होवे। चुम 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 सोनिया लगे दिल दी गिटार डुम डुम सोनिया। अच्छा जिस तरह मर्जी करे, ये डांस नहीं गंदा लगता डॉक्टर साहब। अच्छी बात है, अच्छी बात। इनू होर ना चाहो, इना दा नचन तो दिल चढ़ेगा। किन्ना दा? इना दा नचन तो दिल चढ़ेगा। नहीं बेटे बड़ी बड़ी थोड़ियां पार्टियां बैठियां, ये पाकिस्तान इथे बकरी दे कबड़वा दी ससद भी रोदे पीछे चल जांदा नहीं, बाद च गल्लां करदे यार, मेंगणा ना करदी, पता नहीं सी लगणा। ए इनू अंदर लैके जा, आज तो स्टाफ स्टाफ नर्स है। जी मैं जाऊं? अपना सोने जी बंगाली। अच्छा दो मच्छियां दे पैण व्याह देना और धोती इत्थे तक करके गाने भी गांदा, बूंदू रे कम करो वड्डो कछो मच्छी नले पपा पकोरे। इसको ले जाओ, आज पर हमारे स्टाफ नर्स है। ठीक है, ओके ओके। रक्ता जागनी है, जागनी है, रक्ता जागनी अभी, रक्ता जागनी है। लो जो सड़क पर चढ़ने की वजह होनी दिल बन प्यार की तो होई भाई ना। माय लिटिल ब्रदर जोजी 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 जोजी, तू एवे नहीं, तेन मैं चंगा लगता, तेरी बाजी जवान इधर इधर आ, इधर आ जा, इधर सालिया मैं तेरा काना, आ जा इधर। जेहो जेहा तेरा लागे, हाँ। तू ते नेछ नू तरसदा होना। जेडा को तेरा मुंह है, हाँ। तेरू ते व्याह तो बाद भी नहीं मजा आया होना।
ਇਹ ਬੱਚੀ ਨੇ ਜਾ ਕੇ ਦੱਸਿਆ ਆ ਨਹੀਂ ਜਿਹੜੀ ਸਹੀ ਗੱਲ ਕਰੋ ਐਸਾ ਜਾਹਲ ਲੈਟਰੀਨ ਚੋਂ ਨਿਕਲਿਆ ਬੰਦੇ ਨੇ ਰੋਕ ਲਿਆ ਬੰਦਾ ਕਹਿੰਦਾ ਪੈਸੇ ਕਹਿੰਦਾ ਉਹ ਮੈਂ ਨਸਰੀਨ ਦਾ ਮੁੰਡਾ ਮਾਮਾ ਨਸਰੀਨ ਦਾ ਉੱਥੇ ਖਾਤਾ ਚੱਲਦਾ बगैर तू तो कहना कार लंघ जाएगी फस गई कहना पता नहीं पतगा तो हूं ही लंघी मुबारक हो पुत्र होया कहिंदा मेरी बुड्ढी नूं दसी मैं उहनूं सरप्राइज देना है सालिया होर सोफे चो बच्चा होया तैनूं ओए खोती ठंडी हुंदी इहने विच कुल्फियां ला लईआं ऐसा नैश आदमी उच्चा चेतराम रोड अच्छा की गल की अगली गल करो बाजी मैं बस अगली गल ते करो कल बारिश पई है पाग कित्थों दा कित्थे चला गया मेरी गल उ हीरा मंडी फिर मैं क्या इधर किधर कहो निकी बाजी का टेस्ट हीरा मंडी ऐसा लगा जिथे टेस्ट हो ही नहीं सकता वन डे पूरा हो जाए बड़ी गल आउंदी चंगे लोग रहिंदे पत्तो कि गरीब कहिंदे हो तुसीं पंज पंज ओवर में करा लैंदे हो डेढ़ कुमा गोश्त लैके आउंदे ते कुत्ता खो के दौड़ गया ओहदे मगर नहीं दौड़े उहनूं कहिंदे लै जा करेले किथों लाएगा फिर इमानदारी नाल दस किथों लै लो मैं चिट्टे नूं लै के आया सगी बाजी नूं समझाउंदे हुंदे को गैरत कर ला गुआंढियां दी कुड़ी ने कार लै लई है शराब पी के लड़ रुके बाजी छेवी बारी चली बाजी छेवी बारी इन्हें एक बोलने वाला तोता रखा अपनी भैन दे व्याह ते मारता अच्छा। जान जाके बैठी तोता हुंदा ओए अगे कले कले आउंदी अज कट्ठे हो के आ गए हो प्यो फौज बड़ी इज्जत करे प्यो फौज किया रोटी शोटी पकांदा सी उथे एक दिन सारा खाना पका के ना तोप च भर के अपने घर चलाता वड्डी बोटी इहदी दादे नूं वजी उह थां दी मर गया पैन इहदी सारी दाल नाल लिबड़ गई पूरा महला बुरकियां लैके पिछे पिछे पीनो बुरकी ते लवा जा पीनो बुरकी ते लवा जा सारे महले ने इहदी पैन पूंझ पूंझ के खाधी क्यों इंजी होया लाला पता नहीं जी पता नहीं साडे दो नाल रहिंदे ने चवल चवल दबा लैंदी आ एहो जिहियां तरसियां कुत्तियां होंदियां जिहनूं कोई कुत्ता मूंह नहीं लाउंदा एवें लंघदे कुत्ते नूं पूछ हिला के मुतासर करदियां
ਨਹੀਂ 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 ਇਹੋ ਜਿਹੇ ਤਰਸੇ ਕੁੱਤੇ ਜਿਹੜੇ ਹੁੰਦੇ ਨੇ ਵੀਹ ਪੰਜੀ ਕੁੱਤੇ ਨੂੰ ਬਹਿ ਕੇ ਵੀ ਰੋ ਜਾਂਦੇ ਵਾਹ 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 ਉਹ ਸਾਰੇ ਕੁੱਤੇ ਪੁੱਛਣ ਫੀਨੀਆਂ ਕੁੱਤੀਆਂ ਗੱਲ ਤੇ ਦੱਸ ਹੋਇਆ ਕੀ ਵਾਹ 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 ਤੁਸੀਂ ਮੈਨੂੰ ਜਿੰਨਾ ਮਰਜ਼ੀ ਪਿਆਰ ਕਰੋ ਮੇਰੇ ਨਸੀਬਾਂ 'ਚ ਔਲਾਦ ਹੈ ਹੀ ਨਹੀਂ ਵਾਹ 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 ਮੈਂ ਚਿੱਟੇ ਨੂੰ ਲੈ ਗਿਆ दिल किया मैं हथ घड़ी गिरवी रख के चाह पी ली मैनू करता कहते ਮਲਕ ਤਾਰ ਮਸੂਦ ਮੇਰੇ ਬਾਰੇ ਕੀ ਸੋਚੇਗਾ ਕਿ ਮੈਂ ਤੈਨੂੰ ਪੁਲਿਸ ਭਰਤੀ ਕਰਾਇਆ ਮਾਫ ਕਰ ਦੇ ਔਰ ਤੂੰ ਪੁਲਿਸ ਦੀ ਨੌਕਰੀ ਇਸ ਤਰ੍ਹਾਂ ਛੱਡੇ ਮੈਂ ਤੈਨੂੰ ਨਾਰਾਜ਼ ਹਾਂ ਤੇਰੇ ਨਾਲ ਮੈਂ ਤੈਨੂੰ ਕਦੀ ਆਪਣਾ ਦੁੱਧ ਨਹੀਂ ਬਖਸ਼ਾਂਗਾ ਕਿਹੜਾ ਹਲੀ ਸ਼ੁਕਰ ਨਹੀਂ ਬਖਸ਼ਾਂਗਾ ਤੇ ਚਲੋ ਮਾਫ ਕਰ ਦੇ ਹੁਣ ਨਾ ਲੈ ਤੁਹਾਡੇ ਅੰਦਰ ਪਤਾ ਨਹੀਂ ਕਿਹੜੀ ਔਰਤ ਬਣ ਗਈ ਹੈ ਆਈ ਐਮ ਫਿਟ ਮੈਨ ਫਿਟ ਮੈਨ ਤੁਹਾਡੀ ਵਾਈ ਤਾਂ ਪੂਰੇ ਮੱਲੇ ਚ ਪਿਸ ਦਿੰਦਾ ਆਈ ਸੀ ਜਬਟ ਮੇਰੀ ਕੀ ਜ਼ਿੰਦਗੀ ਹੈ ਮਾਂ ਓਏ ਬਰਫ ਵਾਲਾ ਨਹੀਂ ਉਹ ਮੈਨੂੰ ਕਹਿੰਦਾ ਆਪਣੇ ਭਰਾ ਨਾਲ ਹੀ ਗੱਲ ਕਰਾ ਦੇ ਕਿੰਨੇ ਕਿਹਾ ਓ ਬਰਫ ਵਾਲੇ ਐ ਬਾਰ ਬਰਫ ਵਾਲਾ ਹਾਂ ਉਹਨੇ ਕਿਹਾ ਕਿਹਾ ਮੈਨੂੰ ਗੱਲ ਕਰਾ ਦੀ ਹਾਂ ਉਸ ਜ਼ਲੀਲ ਨੇ ਹਾਂ ਮੈਂ ਤਾਂ ਕਦੀ ਨਹੀਂ ਹੋਈ ਆਫਰ ਨਹੀਂ ਕੀਤੀ ਲੈ तू औरत ही है भाई मैं लड़की हूँ आप लोगों को यकीन क्यों नहीं आता लड़की जी फिर तू कल्ली ही नहीं तेरा ब्याह होया नहीं अभी शादी नहीं हुई दो साल बाद होगी ब्याह नहीं होया नहीं हो जान दे पिंडा ते तेरा दसन दे 18-19 खामो तो मार बैठी क्या ब्याह नहीं होया नहीं हुई शादी है लड़की हाँ मैनू दस दे भाई चैना वालिया भी माल कल्या होवे साडे नाल फराड होंदे होवे कल मेरे ना नहर ते जाना खैर है ओ मैं ओथे नहाना मेरे को टूप नहीं हैगी भाई देवी आप है कौन मैं डॉक्टर दा भरा हां तुसी कौन मैं यहां की स्टाफ नर्स हूं नर्स जी ए हो जिया नर्स साहब मरीज नु कल लिया अपासा ला मैं नहीं पैणा दिल मन ले तेरी बन गई दिल जानी वाह भी वाह बुलबुले बनाउन वाली मशीन चले गए फुटबॉल खेडन भाए ने हिट मारी लत खुल के गोलकीपर नू बजी पागल ही हो गया हमाम से नहाउण गया बाहर आया कमाई कहिंदी बाबा जी मेरे वल औलाद होएगी ਉਹ ਮੈਨੂੰ ਫੇਰ ਪਤਾ ਲੱਗਾ ਮੈਂ ਤੇ ਕੱਪੜੇ ਹਮਾਮ ਤੇ ਭੋਲਣ ਆਇਆ ਤੇਰੇ ਪਿਆਰ ਦੇ ਵਿੱਚ ਤੇ ਮੈਂ ਪਾਗਲ ਹੀ ਹੋ ਗਿਆ ਮੈਂ ਤੇ ਚਾਬੀ ਵਾਲਾ ਟੀਕਾ ਵੀ ਲਵਾ ਲਿਆ ਆ ਮੈਂ ਕਿਹਾ ਇਹ ਰੌਲਾ ਤੇ ਮਕਾਓ ਆ ਬੜਾ ਮੈਂ ਪਾਗਲ ਹੋ ਗਿਆ ਤੇਰੇ ਪਿਆਰ ਦੇ ਵਿੱਚ ਕੀ ਹੋ ਗਿਆ ਮੈਂ ਤੇ ਸ਼ੇਖ ਸਾਹਿਬ ਕੋਲੋਂ 5000 ਉਧਾਰਾ ਲੈ ਲਿਆ ਸ਼ੇਖ ਸਾਹਿਬ ਕੋਲੋਂ ਉਹ ਨਹੀਂ ਨਾ ਕਿਸੇ ਨੂੰ ਦੇਣ ਵਾਲੇ ਮੈਂ ਲੈ ਆਈ ਸ਼ੇਖ ਤੇ ਅਸੀਂ ਕੌਮੇ ਆਪਣੀ ਜੰਜ ਤੇ ਬੰਬ ਨਹੀਂ ਚਲਾਉਂਦੇ ਇੱਕ ਸਿਆਣਾ ਸ਼ੇਖ ਜੰਜ ਤੇ ਅੱਗੇ ਫਿਰ ਕੇ ਮੂੰਹ ਨਾ ਕਹਿਣ ਦਿਆ ਹੁੰਦਾ ਠਾ 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 ਮੈਂ ਤੇ ਨਾ ਬੜਾ ਹੀ ਪਿਆਰ ਕਰਨੀ ਆ ਹੈ
ਮੈਂ ਤੈਨੂੰ ਬੜਾ ਪਿਆਰ ਕਰਦੀ ਯਾਰ ਨੇ ਏਡੀ ਮਸੂਮ ਨਾ ਬਾ ਆ ਤੇਰੇ ਰਗੀਆਂ ਵੇਖਣ ਨੂੰ ਹੀ ਮਸੂਮ ਲੱਗਦੀਆਂ ਬਿਆਨ ਪੂਰੇ ਲਖਾਉਂਦੀਆਂ ਬਾਜੀ ਬੈਠੋ ਗੈਸ ਹੋਇਆ ਸਾਡੀ ਜਾਨ ਤੇ ਬਣੀ ਉਹ ਭਾਈ ਮਰਜ਼ੀ ਨਾਲ ਬਹਿ ਜਾਂਦਾ ਉੱਠੀ ਜਾਂਦਾ ਆ ਫਿਰ ਕਿੰਨਾ ਕੁ ਪਿਆਰ ਕਰਨੀ ਬਹੁਤ ਜ਼ਿਆਦਾ ਪਿਆਰ ਕਰਨੀ ਆ ਮੈਂ ਐਵੇਂ ਬਹਾਨੇ ਨਾਲ ਲਾ ਜੁੱਤੀ ਲਾ ਤੇ ਸ਼ੁਰੂ ਹੋ ਗਈ ਆ ਵੇਲੀ ਹੋ ਗਈ ਆ ਨਿਕਲ ਜਾ ਇਸ ਤੋਂ ਪਹਿਲੇ ਕਿ ਭਾਇਨ ਆ ਜਾਣ ਨਿਕਲ ਭਾਇਨ ਆ ਨਿਕਲ ਜਾ ਆ ਜਾਂਦੇ ਹੁੰਦੇ ਭਾਇਨ ਨਿਕਲ ਅੱਛਾ ਕੀ ਹੋ ਰਿਹਾ ਗੁਜ਼ਾਰਾ अपनी परचाई दा रिजल्ट वेख दो तलाका देतिया ने तीसरी नहीं देंगा नहीं जाएगा मैं तो मिलन आई सा तेरी लत टूटी हुई है अल्लाह रहम करे मैं तो अठ अठ कंधा टपे कदी नहीं टूटी मेरी क्यों लत टूटे की कर रहे बदतमीजा मैंने एक समझ नहीं आ रही जिस औरत नु डॉक्टर जवाब दे दो ड्रामे च काम करन लग पैंदी कमीने तो सोना मशूक बसा तू नाफ कटने ना करगल बसा रे वे चल वे चल तू भी औरता वर्ग गई है तू की है किने क्या तेनु औरता वर्ग है ओ बाद ओ भरजाई ने दसया होना ਇਸਲੀ ਡਾਇਵਰਸ ਕਰ ਰਹੇ ਨੇ ਮੈਂ ਡਾਇਵਰਸ ਕਰ ਨਿਕਲ ਜਾ ਕੱਟ ਫਿਰ ਕੱਟ ਨਿਕਲ ਜਾ ਨਿਕਲ ਜਾ ਨਿਕਲ ਜਾ ਪਾਇ ਨੂੰ ਗੁੱਸੇ ਚ ਨਿਕਲ ਜਾ ਲੈ ਨਾਰਾਜ਼ ਆ ਨਹੀਂ ਨਾਰਾਜ਼ ਆ ਨਾਰਾਜ਼ ਆ ਭਾਇਆ ਨੇ ਇਹ ਤੁਹਾਡਾ ਨੱਕ ਕਿਉਂ ਕੁੱਤੇ ਦੇ ਪੈਰ ਰਗਾ ਯਕੀਨਨ ਤੁਹਾਡੇ ਚਪਾਈ ਦੇ ਸ਼ਨਾਖੀ ਕਰ ਦਿੱਤਾ ਹੈ ਅਸੀਂ ਕੁੱਤੀ ਨਸਲ ਦੇ ਆ ਹੋਰ ਅਸੀਂ ਰਾਣੀਆਂ ਨੇ ਮੁੰਡੇ ਹੋਰ ਮੈਨੂੰ ਕਿੱਥੇ ਲੈ ਜਾਵੇਗਾ लाडिया मेनू ना वहा एह लाडिया ट्रक एडे वहा किसी जेडे ड्राइवर ताड़िया बगल नू ग्रीस देन ਇਹ ਕਿਹੜੀ ਸੁਲਹ ਹੈ ਜਿਹੜੀ ਲਾਈਟ ਰੋਸ਼ਨੀ ਚ ਹੋਏਗੀ ਲਾਈਟ ਰੋਸ਼ਨੀ ਚ ਹੋਏਗੀ ਕਰਦਾ ਮੈਂ ਨਾਰਾਜ਼ ਤਰ ਤੂੰ ਮੇਰੇ ਸਾਹਮਣੇ ਕਿਲੇ ਕਿਲੇ ਨਹੀਂ ਮੈਂ ਮੰਨ ਕਰਦਾ ਮੈਂ ਕਿ ਡਾਕਟਰ ਸਾਹਿਬ ਨਾਰਾਜ਼ ਨਾ ਹੋਣ ਮੈਨੂੰ ਮਾਫ ਕਰ ਦਿਓ ਜਨਾਬ ਮਾਫੀ ਮੰਗ ਲਈ ਤੁਹਾਡੇ ਚੈੱਕ ਕਰਾ ਤੇਰਾ ਦਿਲ ਮੇਰੇ ਹਾਂ ਤੇਰਾ ਦਿਲ ਸਾਫ ਹੋ ਆਪਣਾ ਵੀ ਦਿਲ ਚੈੱਕ ਕਰਾਓ ਕਰ ਸਾਹ ਖਿੱਚੋ ਆਪਣਾ ਖਿੱਚਣਾ ਸਾਲਿਆ ਪਠਾਨ ਦਾ ਨਹੀਂ ਖਿੱਚਣਾ ਬਦਤਮੀਜ਼ ਪਠਾਨ ਦਾ ਖਿੱਚੇ ਜਾਂਦਾ ਆ ਇਹਨੂੰ ਪਤਾ ਨਾ ਅਗਲੇ ਨੇ ਆਪ ਖਿੱਚ ਲੈਣਾ ਪਹਾੜੀ ਲੋਕ ਡਾਕਟਰ ਸਾਹਿਬ ਹੋਰ ਤਬੀਅਤ ਠੀਕ ਹੈ ਸਰ ਗੁੱਗੇ ਮਾਣੇ ਸਾਰੇ ਇੱਥੇ ਨੇ ਉਹ ਤੈਨੂੰ ਲੈਣ ਗਿਆ ਸੀ ਉਹਨੇ ਤਾਂ ਮੈਨੂੰ ਕਿਹਾ ਡਾਕਟਰ ਸਾਹਿਬ ਬੜਾ ਬੋਰ ਹੋ ਗਏ ਨੇ ਕਲੀਨਿਕ ਨਹੀਂ ਚੱਲ ਰਿਹਾ ਮੈਂ ਸਾਰਾ ਮੈਡੀਸਨ ਸਾਰੀਆਂ ਦੁਕਾਨਾਂ ਬੰਦ ਕਰਕੇ ਇੱਥੇ ਜਾਣ ਦੀ ਕਿੱਥੇ ਕਿ ਜਾਣ ਠੀਕ ਨਾ ਹਾਂ ਸੱਤ ਨੇ ਸਟਾਫ ਨੇ ਸਰਸ ਤਿੰਨ ਨਵੀਆਂ ਨਵੀਆਂ ਸਾਰਾ ਕੰਮ ਸਹੀ ਹੈ ਲੇਕਿਨ ਤੂੰ ਕਲੀਨਿਕ ਨਹੀਂ ਮੇਰੇ ਸਾਹਮਣੇ ਖੋਲਣਾ ਉਹ ਕਿੱਥੇ ਗਿਆ ਜਾਣ ਨਹੀਂ ਮੂੰਹ ਤੇ ਸਿੱਧਾ ਰੱਖ ਲੈ ਮੈਂ ਕਿਹੜਾ ਤੈਨੂੰ ਸਵਾ ਰੁਪਈਆ ਵੇਲ ਫੜਾ ਦੇਣੀ ਹੈ ਅਲਾਦਾ ਮੇਰੇ ਪਿੱਛੇ ਨੱਚਣ ਵਾਲਾ ਬਣਿਆ ਉਹ ਆ ਗਿਆ ਔਂਤਰੀ ਦਾ ਬੱਚਾ ਚਲੋ ਵੀ ਚਲੋ ਇੱਧਰ ਰਾਜਾ ਮੈਂ ਉਂਤਰੀ ਦਾ ਬੱਚਾ ਤੇਰੀ ਵਾਲ ਦਾ ਟਿੱਕੂ ਸੁਲਤਾਨ ਨਾਲ ਖੇਡਦੀ ਰਹੀ ਆ ਆਪੇ ਹਿਸਾਬ ਲਓ ਏਡੀ ਪੁਰਾਣੀ ਗੱਲ ਹੋ ਸਕਦੀ ਉਹ ਠਹਿਰ ਜਾ ਤੇਰਾ ਬੂਹੇ ਜਾ ਥੰਦਾ ਕਿਉਂ ਹੱਸ ਰਹੇ ਹੋ ਟਿੱਕੂ ਸੁਲਤਾਨ ਕਿਹੜਾ ਟਿੱਕੂ ਸੁਲਤਾਨ ਆ ਜਿਹੜਾ 2-in-1 ਹੋ ਗਿਆ ਸੀ ਇਹ ਤੇਰਾ ਨੱਕ ਇੱਥੇ ਰਹਿ ਗਿਆ ਗੰਦੀਆਂ ਜਰਾਬਾਂ ਸੁੰਘ ਲਈਆਂ ਸੀ ਇਹਦਾ ਨੱਕ ਵੇਖੋ ਬੰਦਾ ਫਰਨੈਲ ਦੀਆਂ ਗੋਲੀਆਂ ਵੀ ਨਹੀਂ ਰੱਖ ਸਕਦਾ ਹੈ 50,000 ਤਾਂ ਨਵਾਂ ਰੰਗੀਨ ਟੀਵੀ ਤੋੜਤਾ ਇਹਨੇ ਪਾਕਿਸਤਾਨ ਇੰਡੀਆ ਦਾ ਮੈਚ ਲੱਗਾ ਜ਼ਮਾਮੁਲ ਹਕ ਨੇ ਛੱਕਾ ਮਾਰਿਆ ਗੇਂਦ ਗਵਾ ਜਾਏਗਾ ਕਹਿੰਦਾ ਆਹ ਲੈ ਲਓ ਸਹੀ ਇਹਦਾ ਆਪਾਂ ਨਹਿਰ ਛੱਡੋ ਟੈਲੀ ਵਿੱਚ ਤੇ ਮੈਚ ਲਗਾਇਆ ਅਜ਼ਰ ਲੋਦੀ ਕਹਿੰਦਾ ਆਈ ਅਬ ਹਮ ਆਪਕੋ ਕਰਾਚੀ ਲੈ ਚਲਦੇ ਇਹਦੀ ਮਾਂ ਸਮਾਨ ਬੰਦ ਕੇ ਸਟੇਸ਼ਨ ਤੇ ਚਲ ਗਈ ਇਹਦਾ ਪਿਓ ਪੁੱਛ ਕੇ ਕਹਿੰਦਾ ਪਸਤੌਲ ਲੋ ਘਰ ਚੱਲ ਕਹਿੰਦੀ ਨਹੀਂ ਅਜ਼ਰ ਲੋਦੀ ਇੱਥੋਂ ਪਿੱਕ ਕਰਨ ਆ ਰਿਹਾ ਇਹਦਾ ਆਪਣੇ ਘਰ ਮੇਰੀ ਵਾਰੀ ਆ ਗਈ ਆਇਆ ਸਾਰੇ ਚੱਪ ਇਹਦਾ ਆਪਾਂ ਨਹਿਰ ਚ ਡੁੱਬ ਕੇ ਮਰ ਗਿਆ 7 ਦਿਨਾਂ ਬਾਅਦ ਲਾਸ਼ ਲੱਭੀ ਮੌਲੀ ਸਨ ਕਹਿੰਦਾ ਨਵਾ ਲਈਏ ਕਹਿੰਦਾ ਰਹਿਣ ਦਿਓ ਨਹਾਉਂਦਾ ਹੀ ਮਰਿਆ
बोतल पियाई चाह पी उ बैठा कहते जो जुत्ती सर्विस की होंगी चित्र फेरे पेप्सी अगले भी कड़ी अच्छा प्यो मर लगे वसीयत करके मैं नकली चिट्टे रंग की दाड़ी ला के फना इन्हें दाड़ी ला के दफनाता फरिश्ते आए कहते हिसाब से कहना मेरा हो गया वापस गया उसके पता नहीं होया फिर आ कहते तेरा हिसाब से नहीं होया कहता मैं चिट्टी दाड़ी रख के झूठ बोलने यार कराची अपने दोस्त नूं मिलन गया जाके बुआ खड़काया वालदा बाहर निकल कहिंदा मां जी राणा शमशाद कित्थे कहिंदी पुत्तर हुण ते 6 महीने हो गए फौत हो गया कहिंदा ओए होए चलो फिर उहदा मोबाइल नंबर दे दिओ सप सुटे वीर मिला के फड़ लिया कर पांच पांच सुक पावे एक दिन शेखां सुटिया उतो दो सप निकल आए वो कहते सप फड़ कहते अपना फड़ लो मैं अपना फड़ लगा जिन चिमड़ गया जिन बाबे को गया कहिंदा मैनू कढ लो शेख साहब जो मां भुखा मर गया तू तो यह गल पे कर रहा है मैं शेख साहब एक कीड़ियां कतार च निकले वेखे ने की कीड़ियां इस तरह लाइन च जा रही मैं कीड़ियों किधर कहंदियां भुखे मरना हिजरत बेहतर एहो जे बंदे नूं पिंड को ब्याह देना ना सदे पक दी देख थनों अपनी ईटां कढ लैंदा मेरियां तो फड़ाओ ना ਇਹੋ ਜਿਹਾ ਬੰਦੇ ਨੂੰ ਕੋਈ ਵਿਆਹ ਦੇ ਨਾ ਸਦੇ ਸਿਰ ਸਿਰ ਉੱਠ ਕੇ ਗੁੱਸੇ ਨਾਲ ਗਲੀ 'ਚ ਫਿਰਨੇ ਉਹਨੂੰ ਕਹਿ ਕੀ ਰਿਹਾ ਹੁੰਦਾ ਆ ਮੈਂ ਲੈਣ ਦਾ ਸਟੇਮ ਮੈਂ ਵੇਨਾ ਤੰਬੂ ਲਾਉਂਦਾ ਕੌਣ ਏ ਇੱਥੇ ਐ ਦੇਖੋ ਆਪਣੇ ਘਰ ਬੈਠਾ ਆਪਣੇ ਘਰ ਬੈਠਾ ਮੈਂ ਤੇਰਾ ਬੁਰਾ ਕੋ ਨਹੀਂ ਮਨਾਇਆ ਕਿਉਂ ਤੂੰ ਕਿਹੋ ਜਿਹੇ ਬੰਦੇ ਆਹੋ ਥੈਂਕ ਯੂ ਯਾਰ ਦੋ ਕੀ ਵਿੱਚ ਕੀ ਕਰਦਾ ਕੀ ਨਾਸਾਂ ਵਾਲੀ ਦੂਰਬੀਨ ਹੈ ਲੰਮਾ ਛੋਟਾ ਛੋਟਾ ਜੈਸਰ ਡਾਕਟਰ ਸਾਹਿਬ ਇਹ ਕੌਣ ਮੈਂ ਸੈਮ ਬ੍ਰਦਰ ਛੋਟਾ ਏਡੀ ਕਾਦੀ ਅੰਗਰੇਜ਼ੀ ਜਿਹੜੀ ਸਾਲਿਆ ਭਰਾ ਹੈ ਮੇਰਾ ਛੋਟਾ ਭਰਾ ਛੋਟਾ ਤੁਹਾਡੀ ਸਿਹਤ ਠੀਕ ਹੈ ਇਹਦੇ ਵਾਰੀ ਦਾਈ ਨੇ ਭਾੜਾ ਖਿੱਚ ਲਿਆ ਸੀ फीता लम्मा कर देना पैदाइश का वाक्य दसना मेरा भरा तैश का पैदाइश ने फराड किया मैं टिकट मैं आने जाने के लिए वापस मैं आना ही नहीं बंदा मर गया अभी उत्थे खलोता तो अपने अब्बाई दे जनाजे ते खलोता बंदा कहिंदा यार अब्बाई नूं कफन किड्डा सोहणा लगा आ कोल खलोता कहिंदा नाल तिल्ले वाली जुत्ती हुंदी ना ओह एक बंदा ले उहने कब्र च जाणा या सरगोदे ले ले लैण जाणा सी एक बंदे नूं मत्थे ते गोली वजी अच्छा एक बंदे नूं मत्थे ते गोली वजी ओह मर गया ओहदे घर दे आले दुआले बह के रोण डे ऐ जा के कादली रोण डे शुकर करो दी अख बच गई तुसीं ए देखो मैं तीन कुत्ते पहाए कैसे ने मेरे नाल पिंड कीती सी कुत्तियां ने बदतमीजी तिन्नां ने मैं तिन्नां दीआं पूछलां वड़दीआं नहीं यकीन दे हथ ला के वेखो आहो ओ जिहड़ी बची ओह वी घसीट चला
ਉਹਨੂੰ ਪੁੱਛਣ ਲੱਗ ਪਿਆ ਕਟਿੰਗ ਕਿੱਥੋਂ ਕਰਾਉਣਾ। ਛੱਡੋ ਯਾਰ ਇਹ ਦੇਖੋ ਇਹ ਦੇਖ ਹਾਂ ਇਹ ਵੀ ਜਾਹਲੀ ਦੁਕਾਨ ਦੇ ਅੱਗੇ ਸੁੱਤਾ ਪਿਆ ਦੁਕਾਨਦਾਰ ਕੋਲੋਂ ਫੈਂਟੀ ਖਾਦੀ ਉਹਦੀ ਦੁਕਾਨ ਦੇ ਅੱਗੇ ਸੁੱਤਾ ਪਿਆ ਇਹਨੂੰ ਆਣ ਕਹਿੰਦਾ ਉੱਠ ਓਏ ਮੈਂ ਦੁਕਾਨ ਖੋਲਣੀ ਚਵਲ ਉਹਨੂੰ ਕਹਿੰਦਾ ਆ ਤੂੰ ਨਾਲ ਦੀ ਖੋਲ ਲਾ ਆਹ ਹਮਾਮ ਵਾਲੇ ਕੋ ਛਿੱਤਰ ਖਾ ਲੇ ਉਹਨੂੰ ਕਹਿੰਦਾ ਹਮਾਮ ਕਿੰਨੇ ਵੇ ਬੰਦ ਕਰਨਾ ਉਹਨੇ ਕਿਹਾ ਸ਼ੇਵ ਕਰਾਉਣੀ ਕਹਿੰਦਾ ਨਹੀਂ ਤੁਹਾਡੀ ਥੜੀ ਅੱਗੇ ਸੌਣਾ ਤੇਨੂੰ ਮੈਂ ਹਮਾਮ ਤੇ ਲਵਾਇਆ ਮੈਂ ਕਿਹਾ ਚੱਲ ਸ਼ੇਵ ਸ਼ੁਵਾ ਕਰ ਇੱਕ ਬੰਦੇ ਦੀ ਸ਼ੇਵ ਕਰਦਾ ਕਰ ਤੈਨੂੰ ਕਹਿੰਦਾ ਪਾਏ ਨੇ ਤੁਸੀਂ ਗੱਲੇ 'ਚ ਲਾ ਰੁਮਾਲ ਬੰਨੇ ਉਹ ਕਹਿੰਦਾ ਨਹੀਂ ਕਹਿੰਦਾ ਫਿਰ ਧੌਣ ਵੱਡੀ ਗਈ ਜੇ फकीर आया कहिंदा अल्लाह दे नाम ते मैनूं कुछ दिओ चवल अंदरों साइकिल कढ के उहनूं झूठे देण लग पिया सड़क ते जा रहा सड़क ते पिया सी गोया मैनूं कहिंदा साग मैं गोया कहिंदा साग मैं चेक कर कहिंदा शुक्र है पैर नूं नहीं लगा ਇਹ ਮੱਝ ਦੀ ਪੁਛਲ ਫੜ ਕੇ ਜੀ ਕਰਨ ਡਿਆ ਮੈਂ ਕੋਈ ਕਰਨ ਡਿਆ ਕਹਿੰਦਾ ਨਹਾਉਣ ਡਿਆ ਮੈਂ ਕਿਹਾ ਤੇ ਪੁਛਲ ਕਹਿੰਦਾ ਪਾਣੀ ਤੇ ਆਉਣ ਡਿਆ ਇਹ ਕਹਿੰਦਾ ਉਹ ਪਰਲਾ ਮੱਝ ਗੋਇਆ ਕਰਨੀ ਤੇ ਮਗਰ ਮੈਂ ਖਾਲਾ ਜੀ ਤੁਹਾਡੀ ਸ਼ੈਵਨ ਡਿੱਗਣੀ ਹੈ ਖਾਲਾ ਜੀ ਤੇ ਆਪ ਆਪ ਸੰਡੇ ਕੋਲ ਖਲੋ ਕੇ ਪੁੱਛ ਲੈ ਭਾਜੀ ਤੁਹਾਡੇ ਦੁੱਧ ਦੀ ਚਾਹ ਬਣ ਜਾਂਦੀ ਹੈ ਉਹ ਪੁੱਛਣ ਜਲਾ ਬਣ ਜਾਂਦੀ ਕਿ ਨਹੀਂ फरमाया उस कहिंदा मैं फिर थले बिलियर्ड रख ला नवा मोबाइल लिया नवा मोबाइल लिया के दोस्त नूं फोन करन दिया हेलो साधक चुकी ना मिस कॉल कीती है ओ परला मैं नु क्या मेरे मैं दा टेलीफोन फड़या अच्छा ते मेनू मिस कॉल आई मैं कहो तेरे टेलीफोन ते मिस कॉल आई जांदा अच्छा की कहंदा सी ते ऐसा आ वैसा पागल क्वांटियां दा बंदा मर गया मैं क्या अफसोस कर रहा 25 मिनट बाद उठ के आ गया मैं क्या खैर है कहंदा 20 मिनट बैठा रहा मेनू किसी ने हंस के बुलाया ही नहीं चार पान ला मेरे दरा चार पान मेरे चार पान ओदे सोने दे दंद सन ओ कहिंदा नहीं लाउंदा नहीं लाउंदा ओदी मर्जी नहीं लाउंदा दोनों ही ऐसे जाहल असमानली बिजली चमकी ते कहंदे एक होर खिची गटर खोल के कोई काम करन दिया उन जा कहंदा ओए आ गरारियां तू घुमान दिया ओए मैं ते शुक्र कर रहा तू सड़क कर वे स्टाफ किधर है आपका डॉक्टर नर्स नु बुलाओ नर्स कौन बुला वाली कुड़ती चाली नार रखे कहिंदी भुख नहीं लगी विचो पांच चुक लो ਇਹ ਗੱਡੀ ਚਲਾਣ ਦੇ ਪਿੱਛੇ ਪੁਲਿਸ ਲੱਗ ਗਈ ਉਹਨਾਂ ਕੀ ਹੋਇਆ ਉਹਨਾਂ ਕਿ ਸਾਨੂੰ ਤੇ ਡਰਾਈਵਰ ਨਜ਼ਰ ਹੀ ਨਹੀਂ ਆਇਆ ਖਾਲੀ ਗੱਡੀ ਜਾਣ ਦੀ ਐਦੀ ਗੱਲ ਕਰ ਇਹ ਟਰਾਲੇ ਥਲੇ ਆਈ ਮੈਂ ਕਿਹਾ ਮਰ ਗਈ ਏ ਟਰਾਲਾ ਉਤਰੂਗਾ ਕੱਪੜੇ ਝੜ ਕੇ ਨਹੀਂ ਉਹਨਾਂ ਤਰਨ ਥਲੇ ਦੇਣਾ ਨਹੀਂ ਆਂਦਾ ਆ ਖਾਲਾ ਵਾਸੀ ਇੱਕ ਚੈੱਕ ਕਰ ਲਈਏ ਸਿੰਘਣਾ ਭਰਿਆ ਕੀ ਬਦਤਮੀਜ਼ੀ ਏ ਇੱਧਰ ਜਿੱਧਰ ਮੈਂ ਜਾਣਾ ਉਧਰ ਆ ਬੜੇ ਵਾਲ ਚੁੱਕੇ ਵੇਟ ਕਰਨ ਲੱਗ ਗਾਲਾ ਹੈ ਮਾਸੀ ਮਾਸੀ
बेवकूफ औरत ही बेवकूफ है, शक्लों ही बेवकूफ लगती। ਉਹ ਵਾਲਸ ਆਈਸਕ੍ਰੀਮ ਵਾਲੇ ਨਹੀਂ ਹੁੰਦੇ, ਉਹ ਰੇੜੀ ਚ ਵੜ ਕੇ ਨਹੀਂ ਕੁਲਫੀ ਕੱਢਣ ਡਿਆ, ਘਰੋਂ ਆਟਾ ਲੈ ਕੇ ਕਹਿੰਦੀ ਦੋ ਮੇਰੀਆਂ ਮਿਲਾ ਦੇ। अच्छा। मौका वारदात वेखनी पैनी है। अच्छा। 3 दिन मैं लग जाने, जिन्ना मैं टुरांगा ना जी। हाँ।
ਉਹ ਫੁੱਟਾਂ ਦੇ ਹਿਸਾਬ ਨਾਲ ਮੁੜ ਕੈਲਕੂਲੇਟਰ ਦੇ ਉੱਤੇ ਬਹਿ ਕੇ ਤੇ ਹਿਸਾਬ ਕਰ ਲਵਾਂ। ਅੱਛਾ, ਇਹ ਕੋ ਸਵਾ 2 ਲੱਖ ਰੁਪਏ ਦੇ ਕਰੀਬ ਤਰੀਨ ਹੋਏਗੀ ਗੱਲ। ਤੁਮ ਪੈਸੇ ਕੀ ਟੈਨਸ਼ਨ ਨਹੀਂ ਲੋ, ਬਸ ਤੁਮ ਕੰਮ ਕਰੋ। ਨਹੀਂ ਤੇ ਤੁਸੀਂ ਕਿਉਂ ਇਸ ਨੂੰ ਗੋਲੀ ਮਰਵਾਣਾ ਚਾਹੁੰਦੇ? ਕੌਣ ਬੰਦਾ ਹੈ? ਇਹ ਮੇਰਾ ਸ਼ੋਹਰ ਹੈ। ਹੈਂ? ਹਾਂ। ਆਲਰੇਡੀ 2 ਮੁਝੇ 10 ਲੱਖ ਦੇ ਚੁੱਕਾ ਹੈ। 2 ਤਲਾਕ ਤੁਹਾਨੂੰ ਦਿੱਤੀ ਹੈ ਉਸ ਨੂੰ? ਹਾਂ। ਤੀਸੇ ਦਿਨ ਸੇ ਪਹਿਲੇ ਮੈਂ ਚਾਹਤੇ ਸੇ ਮਰਵਾਈ ਦੂੰ। ਤੇ ਮੈਂ ਤੁਹਾਨੂੰ ਦੇ ਦਿਆਂਗਾ। ਉਹ ਮੇਰੇ ਕੋਲ ਪਈ ਹੈ, ਮੈਂ ਇਸਤੇਮਾਲ ਨਹੀਂ ਕੀਤੀ। ਉਹ ਮੇਰਾ ਕਜ਼ਨ ਹੈ, ਬਾਹਰ ਉਸ ਮੈਨੂੰ ਭੇਜੀ ਸੀ ਤੇ ਮੈਂ ਉਹਨੂੰ ਇਸਤੇਮਾਲ ਨਹੀਂ ਕੀਤਾ। ਅਗਰ ਤੁਹਾਨੂੰ ਲੋੜ ਹੈ ਤੇ ਮੈਂ ਤੁਹਾਨੂੰ ਦੇ ਦਿਆਂਗਾ, ਬੰਦਾ ਨਾ ਮਰਵਾਓ। ਬੇਵਕੂਫ, ਤੂੰ ਸਮਝੇ ਨਹੀਂ। ਅੱਛਾ ਅੱਛਾ ਅੱਛਾ, ਤੇ ਤੁਹਾਨੂੰ ਫਾਇਦਾ ਕੀ ਹੋਵੇ? ਮੈਨੂੰ ਫਾਇਦਾ ਹੀ ਫਾਇਦਾ। ਕੀ? ਇੱਕ ਕਰੋੜ ਦੀ ਸਾਰੀ ਜਾਇਦਾਦ ਮੇਰੀ ਹੋ ਜਾਏਗੀ। ਉਹ ਤੇ ਤੁਹਾਨੂੰ ਫਾਇਦਾ ਹੋਵੇਗਾ ਨਾ, ਮੇਰੇ ਫਾਇਦੇ ਦੀ ਵੀ ਤਾਂ ਕੋਈ ਗੱਲ ਸੋਚੋ। ਮੈਂ ਜੋ ਤੁਹਾਡੇ ਮਗਰ ਬੰਦਾ ਮਾਰਨ ਤੁਰ ਪਿਆ ਤੇ ਮੇਰੇ ਵੀ ਤਾਂ ਕੋਈ ਸੋਚੋ ਨਾ, ਇਹ ਮੈਨੂੰ ਕੀ ਫਾਇਦਾ ਹੋਵੇਗਾ? ਤੁਮੇ ਤੁਹਾਰੇ ਕੰਮ ਕੋ ਪ੍ਰੋਫਿਟ ਮਿਲੇਗਾ। ਪ੍ਰੋਫਿਟ ਤੇ ਮਿਲਦੇ ਹੀ ਰਹਿੰਦੇ ਨੇ, ਕੋਈ ਐਸਾ ਪ੍ਰੋਫਿਟ ਦਿਓ ਵੀ ਜ਼ਿੰਦਗੀ ਭਰ ਯਾਦ ਹੀ ਰਹੇ। ਅੱਛਾ, ਸਮਝ ਗਈ। ਤਾਂ ਚਲੋ ਠੀਕ ਹੈ, ਮੈਂ ਕੰਮ ਕੇ ਬਾਅਦ ਤੁਮਸੇ ਸ਼ਾਦੀ ਕਰ ਦੂੰਗੀ। ਇਹ ਗੱਲ ਪੱਕੀ ਹੈ? ਇੱਥੇ ਖਲੋ, ਮੈਂ ਹੁਣੇ ਮਾਰ ਕੇ ਆਇਆ। ਪਹਿਲੇ ਤਾਂ ਮੈਂ ਜ਼ਿਹਨ ਨਹੀਂ ਸੀ ਬਣਾਇਆ, ਲੇਕਿਨ ਹੁਣ ਬੰਦਾ ਮਾਰਨਾ ਹੀ ਪੈਣਾ। ਇਹ ਪੱਕੀ ਗੱਲ ਹੈ, ਤੁਸੀਂ ਮੇਰੇ ਨਾਲ ਸ਼ਾਦੀ ਕਰ ਲਓਗੇ? ਹਾਂ। ਬਸ ਇਹ ਲਾਲ ਜੋੜਾ ਨਾ ਲਾਣਾ। ਕਿਉਂ? ਬਸ ਮੈਂ ਤੁਹਾਡੇ ਮਗਰ ਆ ਰਿਹਾ, ਤੁਸੀਂ ਬੇਫਿਕਰ ਹੋ ਜਾਓ। ਬੇਵਕੂਫ, ਉਹ ਡਾਕਟਰ ਬਹੁਤ ਚਲਾਕ ਹੈ। ਓਏ, ਮੇਰੇ ਤੋਂ ਵੱਧ ਚਲਾਕ ਹੈ? ਉਹ ਕਿਵੇਂ? ਓਏ ਕਾਕੂ ਫਨੀਅਰ, ਮੇਰਾ ਨਾਮ ਹੈ। ਮੈਂ ਚੌਥੀ ਚ ਪੜ੍ਹਦਾ ਸੀ ਜਦੋਂ ਮੈਨੂੰ ਸੱਪ ਲੜਿਆ, ਮੈਂ ਉਸ ਤੋਂ ਪਹਿਲੇ ਪਾਣੀ ਚ ਵੜ ਗਿਆ, ਉਹ ਮਰ ਗਿਆ, ਮੈਂ ਜਿਉਂਦਾ। ਮੈਂ ਤੇ ਬੰਦਾ ਹੀ ਬੜਾ ਸ਼ਾਇਰੀ ਹੈ। ਅੱਛਾ ਚਲੋ, ਛੋੜੋ ਸਭ ਬਾਤਾਂ, ਠੀਕ ਹੈ, ਇਸ ਘਰ ਕੋ ਗੌਰ ਸੇ ਦੇਖ ਲਓ। ਮੈਂ ਵੇਖ ਲੈ, ਠੀਕ ਹੈ, ਤੁਮਨੇ ਯਹਾਂ ਪਰ ਰਹਿਣਾ ਹੈ, ਠੀਕ ਹੈ, ਔਰ ਮੈਂ ਆਤੀ ਜਾਤੀ ਰਹੂੰਗਾ। ਹਾਂ, ਬਸ ਚੱਕਰ ਲਾਉਂਦੇ ਰਹਿਣਾ, ਇਹ ਚੱਕਰ ਦੇਂਦੇ ਨਾ ਰਹਿਣਾ। ਕੀ ਮਤਲਬ? ਮੁੜ ਮੱਲੇ ਵਾਲਿਆਂ ਨੂੰ ਆਖੋਗੇ ਵੀ ਚੱਕਰ ਬੜੇ ਆ ਰਹੇ ਨੇ। ਅੱਛਾ, ਮੈਂ ਫੋਨ ਕਰਦੀ ਰਹੂੰਗਾ। ਹਾਂ, ਜਾਓ ਖੈਰ ਨਾਲ, ਬੇਫਿਕਰ ਹੋ ਜਾਓ, ਬੰਦਾ ਤੇ ਹੁਣ ਮਾਰਨਾ ਹੀ ਪੈਣਾ ਬਈ ਇੱਥੇ। ਉਹ ਕੋਈ ਹੈ ਖੋਤੀ ਦਾ ਬੱਚਾ? ਇੱਥੇ ਤਾਂ ਲੱਗਦਾ ਬੰਦਾ ਹੀ ਕੋਈ ਨਹੀਂ। ਇਸੇ ਭੁਲੇਖੇ ਚ ਘਰ ਨਾ ਲੈ ਜੀ, ਬੱਕਰਾ ਨਿਕਲਣਾ। ਮੁੜ ਕੇ ਵੇਖੋਗੇ ਕੌਣ ਆ ਤੂੰ ਕੰਨਾਂ ਵਾਲੀ ਬਾਂਦਰੀ। ਇਹ ਤੂੰ ਇੱਥੇ ਮਰੀਜ਼ਾਂ ਦੀ ਥਕਾਵਟ ਲਾਉਂਦੇ? ਰੋਣ ਕਿਉਂ ਲੱਗ ਪਿਆ? ਅੱਛਾ, ਤੂੰ ਤਾਂ ਟੁਰ ਗਿਆ ਨਾ। ਅੱਛਾ, ਬਾਅਦ ਵਿੱਚ ਇੱਕ ਪਠਾਨ ਆਇਆ, ਫਿਰ ਮੈਂ ਗਲਤੀ ਨਾਲ ਮੂੰਹ ਤੇ ਚਪੇੜ ਮਾਰ ਦਿੱਤੀ। ਚੰਗਾ ਕੀਤਾ, ਅੱਜ ਮੈਂ ਸੌਣਾ ਹੀ ਨਹੀਂ। ਉਸ ਬੰਦੇ ਲੈ ਕੇ ਆਉਣੇ ਨੇ, ਤੇਰਾ ਤਾਂ ਸੇਰ ਹੀ ਕਮਰਸ਼ੀਅਲ ਬਣ ਗਿਆ। ਬੰਦੇ ਲੈ ਕੇ ਸਾਲਿਆ, ਉਹਨੇ ਟਾਲ ਖੋਲਣਾ ਉਸੇ। ਇਹ ਤੇਰਾ ਨਾਮ ਡਾਕਟਰ ਨਾਗੀ? ਮੈਂ ਡਾਕਟਰ ਸਾਹਿਬ ਦਾ ਕੰਪਿਊਟਰ ਦਾ ਚਿੱਟਾ ਵਾਜ ਨੇ ਮੇਰੇ। ਅੱਛਾ, ਚਿੱਟਾ ਭਾਈ, ਵਾਹ ਜੀ ਵਾਹ, ਕੱਲੇ ਹੀ ਉਹ ਰਿਆਸ਼ਨ ਤੇ ਰੱਖੀ ਆ। ਇਹ ਮੈਨੂੰ ਹੱਥ ਨਾ ਲਾ, ਤੇਰਾ ਸੌਦਾ ਹੋ ਜਾਂਦਾ। ਮੁੜ ਤੈਨੂੰ ਹੱਥ ਲਾਉਣ ਦੀ ਆਦਤ ਪੈ ਜਾਣੀ, ਫਿਰ ਮੇਰਾ ਮੁੜ ਕੀ ਪਤਾ ਮੈਂ ਕਿੱਥੇ ਆਵਾਂ। ਇਹ ਉੱਥੇ ਨਾ ਜਾ, ਇਹ ਖਾਲੀ ਬੱਸਾਂ ਲੁੱਟਣ ਵਾਲਿਆ। ਇੱਥੇ ਡਾਕਟਰ ਦੇ ਕਲੀਨਿਕ ਗਿਆ। ਓਏ, ਮੈਂ ਦਾਖਲ ਹੋਣਾ ਹੈ। ਵਜਾ? ਆ ਮੈਂ ਬਿਮਾਰੀ ਹੈ, ਮੈਨੂੰ ਮੈਂ ਗੱਲ ਕਰਕੇ ਭੁੱਲ ਜਾਂਦਾ। ਮੈਂ ਫਿਰ ਤੁਹਾਡੇ ਨਾਲ ਰਿਸ਼ਤਾ ਨਹੀਂ ਕਰਨਾ, ਤੂੰ ਤਾਂ ਭੁੱਲ ਜਾਂਦਾ। ਤੂੰ ਤਾਂ ਨਹੀਂ ਨਾ ਭੁੱਲਦਾ, ਨਹੀਂ ਨਹੀਂ, ਮੈਂ ਸਾਰੇ ਰਲ ਕੇ ਤੁਹਾਡੇ ਨਾਲ ਆ ਜਾਵਾਂਗੇ। ਸਾਲਿਆ, ਐਡਾ ਲੰਮਾ ਕੱਲਾ ਹੀ ਨਹੀਂ ਮਾਂ ਨੂੰ, ਤੂੰ ਸਾਰਿਆਂ ਨੂੰ ਲਾ ਲਾ। ਯਾਰ, ਮੈਨੂੰ ਦਾਖਲ ਕਰਾ, ਮੇਰਾ ਇਲਾਜ ਕਰਾ। ਇਹ ਭਲਾ ਉਹ ਮੇਰੀ ਜਾਨ ਕੱਢਣ ਆਇਆ ਜੇ? ਇੱਕ ਵਾਰੀ ਮੈਂ ਤੇਰੀ ਜਾਨ ਕੱਢੀ ਸੀ। ਨਹੀਂ, ਮੈਂ ਵੀ ਇੱਕ ਤਰ੍ਹਾਂ ਦਾ ਇਨਸਾਨ ਆ। ਮੈਂ ਤੇਰੀ ਇੱਜ਼ਤ ਕਰਨਾ, ਇੱਥੇ ਵੱਡਾ ਚੂਹਾ ਰਹਿੰਦਾ, ਤੂੰ ਉਹਦਾ ਮੁੰਡਾ। ਚਮੜ ਦੀਆਂ ਮੁੱਛਾਂ ਵੇਖ, ਬਾਂਦਰ ਦੀਆਂ ਬਾਹਾਂ ਨਿਕੀਆਂ ਮੁੱਛਾਂ।
ਜੁੱਤੀ ਵੇਖ ਸਾਲਿਆ ਸੱਪ ਮਾਰ ਕੇ ਬਣਾਈ ਓ ਐਸੇ ਮੂੰਹ ਨਾਲ ਬੰਦਿਆਂ ਚ ਫਿਰੀ ਜਾਂਦਾ ਤੈਨੂੰ ਪੁੱਛਣ ਦੱਸਣ ਵਾਲਾ ਕੋਈ ਨਹੀਂ ਲੱਗਦਾ ਨੀ ਕਬਰ ਤੇ ਦੀਵਾ ਰੱਖਿਆ ਚਵਲ ਜਹਾਨ ਦੀ ਮੂੰਹ ਵੇਖ ਹੋਰ ਨਾ ਲੱਗਦਾ ਚੌਂਕ ਚ ਕੋਈ ਬੰਦਾ ਨਹੀਂ ਮੈਂ ਕਿਹਾ ਧੁੰਦ ਚ ਦੌੜਨ ਵਾਲਾ ਕੁੱਤਾ ਵੇਖਿਆ ਹੀ ਨਹੀਂ ਕੁਕੜੀ ਆਂਡਾ ਦੇ ਕੇ ਚੁੱਕਣ ਵਾਲੀ ਵੇਖੀ ਨਹੀਂ ਆਈ ਇੱਕ ਪਰ ਵਾਲਾ ਪੱਖਾ ਵੇਖਿਆ ਹੀ ਨਹੀਂ ਤਿੰਨਾਂ ਥਣਾਂ ਵਾਲੀ ਬੱਕਰੀ ਵੇਖੀ ਨਹੀਂ ਆਈ ਪੈਟਰੋਲ ਪਾਉਣ ਵਾਲਾ ਹੈਂਡਲ ਵੇਖਿਆ ਹੀ ਨਹੀਂ ਆਈ ਆਪਣੇ ਪਣਵਈਏ ਵੇਖੇ ਹੀ ਨਹੀਂ ਆਈ ਇਹ ਤੁਸੀਂ ਦੋਵਾਂ ਰਲ ਕੇ ਕਦੀ ਆਪਣਾ ਆਪਾ ਵੇਖਿਆ ਨਹੀਂ नक्शा समझा सोटी तू चलाक नंग बन मैन गल दी समझ आ गई बड़ी मेहरबानी पीर साहब तुसा मेरे नाल बड़ी रियायत कीती मैं केड़ा सोहना मुकदमा लड़े डॉक्टर नागी तुहाडा नाम है ये कौन है तोतिया दा मुर्शिद डॉक्टर नागी तोड़ा ना है ना मैं डिस्को ना मैं साथी डॉक्टर नागी आहे कतल दे भला कितने पैसे होंदे कतल दे आहे ऑपरेशन दे भला कितने पैसे होंदे मैं दसना ए मरीजा ज़हन नहीं ठीक गल करके भूल जांदा अच्छा अच्छा भूल जांदा इहनू चपेड़ा मारो ए गल मैं नहीं भूलदा चपेड़ा वज्जियां ते पुठी माफी वरगा मुंह होया ओए है कौन प्लास्टिक दे कुलचे वेचण वाला ए ए भला पीना किस तरह होया एक बंदा 4-5 घंटे ही खलोतो परा हो जा मैं गल करके भूल जाना तेरा केड़ा तेरे था ही नहीं कराने कितो ऑपरेशन कराने अपना यार मेरा नाम पता ले के दाखल कर लो मैं इधर आ इधर आ तू डॉक्टर नागी नहीं ये डॉक्टर काफी है अच्छा तू बच गया मैं देखो जरा यार वदे नंबर का मुंह इधर वदे नंबर का हां तो ठीक है ना मेरी मां ने मेरे प्यार ही बड़ा कीता मेरा सोना मेरा काका मेरा प्यारो मेरा मुंह अब आनु ही निकल गया तेरी मां ने तो तैनू प्यार ही नहीं कीता तैनू पंगूड़े च पा के लत ना रस्सी बन के बैठी होंगी हर बारी लत तेरिया नसां ते वजदी जिन्ना मर्जी ब्लड प्रेशर हाई कर मेरी गल उथे ही मैं तेरे मुंह दा पिछाणी छड़ना आ मुंह वेखो जी गौर नाल जरा इधर मुंह कर हेलो कह हेलो पहला मुंह जड़ा अगे निकल जांदा फिर कहीं हेलो हेलो फिर कहीं हेलो फिर कहीं हेलो तो नहीं कोई चुकन दिया साले कद लई हेलो करी आउंदे ओए तेरी मां मेस काला मार दी
ਚਲ ਜਾ ਉਹਨੂੰ 600 ਵਾਲਾ ਕਾਰਡ ਪਵਾ ਦੇ ਮੇਰੇ ਖਾਤੇ ਚੋਂ ਖਬਰਦਾਰ ਆਇਂਦਾ ਉਹਨੂੰ ਮਿਸ ਕਾਲ ਦਿੱਤੀ ਉਹਦਾ ਮੂੰਹ ਹੈਗਾ ਮਿਸ ਕਾਲ ਵਾਲਾ ਆਪਰੇਸ਼ਨ ਤੁਹਾਡਾ ਹੋਣਾ ਤੁਹਾਡੇ ਆਪਰੇਸ਼ਨ ਤੇ ਕੋਈ ਜ਼ਿਆਦਾ ਪੈਸੇ ਨਹੀਂ ਲੱਗਣੇ ਕੋਈ ਹਥਿਆਰ ਨਹੀਂ ਲੱਗਣੀਆਂ ਕੋਈ ਦਵਾਈਆਂ ਨਹੀਂ ਲੱਗਣੀਆਂ ਬੌਕਰ ਦੇ 4 ਪੀਲੇ ਚਾਹੀਦੇ ਨੇ ਤੇ ਪਾਈਆ ਰੂਹ ਤੇ 3 ਕ ਟਿਸ਼ੂ ਚਾਹੀਦੇ ਨੱਕ ਚ ਦੇਣਾ ਤੇ ਬਸ ਤੇ ਲੈ ਜਾਣਾ ਆਪਣਾ ਕੀ ਨਾਂ ਤੇ ਇਹ ਪਰ ਮੈਂ ਦੱਸਣ ਲੱਗਾ ਡਾਕਟਰ ਸਾਹਿਬ ਮੈਂ ਨਾਂ ਪਤਾ ਲੈ ਗਿਆ ਇਹਨਾਂ ਦਾਖਲ ਕਰਾ ਤੁਸੀਂ 4 ਚਾਵਾਂ ਲੈ ਆਹ ਡਾਕਟਰ ਜੀ ਆ ਰਾਮ ਡਾਕਟਰ ਅੱਛਾ ਤੁਸੀਂ ਤਾਂ ਵੱਡੇ ਡਾਕਟਰ ਹੋ 5 ਕਰ ਲਓ ਲਓ ਪੈਨਸਲ ਦੇਖੋ ਆ ਲਓ ਪੈਨਸਲ ਕਿੱਥੋਂ ਖਿੱਚ ਕੇ ਲਿਖਦੀ ਆ ਅਸੀਂ ਕਰ ਲਿਆ ਜੰਨੇ ਠੋਕ ਛੱਡੀ ਜੀ ਵਿੱਚ ਹੀ ਬਿੱਟੇ ਡਰਾਵੇ ਪੈਨਸਲ ਛੱਡ ਦਿਓ ਆ ਲਿਖਣਾ ਜੀ ਜ਼ਰਾ ਇੱਕ ਮਿੰਟ ਹੈ ਨਾ ਇਹ ਨੁਕਤਾ ਰਹਿੰਦਾ ਇੱਕ ਮਿੰਟ ਠਹਿਰ ਜਾਓ ਮੈਂ ਹੋਰ ਸਿਆਹੀ ਭਰ ਲਵਾਂ ਬੈਠ ਚੰਦਰ ਬਹੁਤੇ ਬੰਦੇ ਨੇ ਪਤਾ ਤਾਂ ਵੀ ਸਿਆਹੀ ਭਰ ਲਵਾਂ ਆਪਣਾ ਕੀ ਨਾਂ ਜੀ ਇਸ ਜ਼ਲਾਲਤ ਦਾ ਮੇਰਾ ਨਾਂ ਲਿਖੋ ਜੀ ਕਾਕੂ ਫਨੀਅਰ ਇਹ ਤੁਹਾਡਾ ਨਾਂ ਕਾਕੂ ਫਨੀਅਰ ਜੀ ਆ ਤੇ ਵਾਲਦਾ ਨਾਂ ਦੁਮੂ ਹੀ ਲਿਖਣ ਦਿਓ ਆਪਣਾ ਕਾਕੂ ਫਨੀਅਰ ਕਾਕੂ ਕਿਸ ਤਰ੍ਹਾਂ ਲਿਖਾਂ ਲਿਖ ਕਾਫ ਐਲ ਪਿਛੜਾ ਊ ਕਾਕੂ ਖੜਾ ਊ ਅੱਛਾ ਜੀ ਲਿਖ ਲੈਂਦੇ ਆ ਆਪਣਾ ਵਾਲ ਸਾਹਿਬ ਹਯਾਤ ਨੇ ਜਾਂ ਵਾਹ ਹਯਾਤ ਨੇ ਵੀ ਉਹ ਆਪਣਾ ਘਰ ਹੋਣ ਤੇ ਹਯਾਤ ਹੁੰਦੇ ਤੁਹਾਡੇ ਵਾਲ ਜਾਂਦੇ ਵਾਹ ਹਯਾਤ ਹੁੰਦੇ ਐ ਤੈਨੂੰ ਮੇਰੇ ਬਾਰੇ ਐਡੀ ਜਰਨਲ ਨੌਲੇਜ ਹੈ ਇਹ ਤੂੰ ਮੇਰੇ ਪਿੱਛੇ ਫਿਰ ਕਰਨ ਓਏ ਤੂੰ ਘਰ ਨਹੀਂ ਜਾਂਦਾ ਓਏ ਸਾਰੀ ਦੁਨੀਆ ਤੇਰੇ ਘਰ ਜਾਂਦੀ ਤੂੰ ਨਹੀਂ ਜਾਂਦਾ ਚਲੋ ਨਾ ਪਤਾ ਕਾਕੂ ਖਨੀਅਰ ਵਾਲ ਸਾਹਿਬ ਹਯਾਤ ਨੇ ਤੇ ਆਪਣਾ ਵਾਲਦਾ ਘਰ ਸੌਂਦੇ ਨੇ ਜਾਂ ਜਿੱਥੇ ਰਾਤ ਪੈ ਜੇ ਉਹ ਨਾਨਕੇ ਜਾਂਦੇ ਮਾਮੇ ਵਾਲਾ ਤੈਨੂੰ ਸਮਝ ਨਹੀਂ ਆਉਂਦੀ ਓਏ ਅੱਗੇ ਬਗੈਰ ਮਸਾਲੇ ਤੋਂ ਸਮੋਸਾ ਭਰਿਆ ਇਹ ਕਿਹੜਾ ਨਵਾਂ ਫਾਰਮ ਇਹ ਨਵਾਂ ਫਾਰਮ ਹੈ ਬੇ ਫਾਰਮ ਜੇ ਤੈਨੂੰ ਇਹ ਫਾਰਮ ਲੱਗਣਾ ਤੂੰ ਇਹ ਕਰਦੇ ਨਿਕਲ ਜਾਣਾ ਬਿੱਲ ਖਾ ਲਿਖਵਾ ਅਕਾਨਾਂ ਦਾ ਮਿੰਟ ਲਿਖਵਾ ਇਹ ਤਾਂ ਲਿਖੋ ਲਿਖੋ ਕਾਕੂ ਫਨੀਅਰ ਕਾਕੂ ਫਨੀਅਰ ਆਪਣੇ ਅੱਬਿਆਂ ਦੇ ਨਾਲ ਹਾਂ ਅੱਬਿਆਂ ਦਾ ਕੀ ਮਤਲਬ ਯਾਰ ਮੈਂ ਤੇ ਮਸ਼ਹੂਰ ਬੰਦਾ ਲੈ ਦੱਸ ਮੇਰੇ ਤੋਂ ਕਿਹੜਾ ਸ਼ਰਾਰਤੀ ਮਸ਼ਹੂਰ ਮੈਂ ਇੱਕ ਵਾਰੀ ਸਾਈਕਲ ਲਈ ਕਿਰਾਏ ਤੇ ਲੈ ਜੀ ਮੈਂ ਬਜਾਈ ਜਾਵਾਂ ਵਿੱਚ ਮੇਰੀ ਦੋਤੀ ਫਸ ਗਈ ਲੋ ਜੀ ਮੈਂ ਕੁੜਤਾ ਫਸਾ ਕੇ ਤੇ ਧੋਤੀ ਕੱਢੀ ਆ ਕੋਲੋਂ ਕੁਦਰਤੀ ਇੱਕ ਔਰਤ ਪਈ ਲੰਘੇ ਅੱਛਾ ਮੈਂ ਉਹ ਫਸਾ ਕੇ ਤੇ ਮੁੜ ਕੁੜਤਾ ਕੱਢਿਆ ਅੱਛਾ ਮੁੜ ਮੈਂ ਉਹ ਔਰਤ ਕੱਢੀ ਅੱਛਾ ਉਹਦੇ ਨਾਲ ਸ਼ਾਦੀ ਕੀਤੀ ਅੱਛਾ ਉਹਦੇ ਵਿੱਚੋਂ ਤੇ ਮੇਰੇ 3 ਬੱਚੇ ਹੋਏ ਬੜੀਆਂ ਕੁਆਲਿਟੀਆਂ ਨੇ ਧੁੰਦ ਚ ਬੰਦੇ ਖਿੱਚ ਲੈਂਦੀ ਆ
बिस्तरा अपना परनाले चला दिए चलो खैर ला दियो जे मैं डिग पिया तो डिगा कि गाना नहीं गल्ला गोरियां दे विच टोए ओहो पैसे देने तो भूल ही गए इसको
2000 रुपया रखना, बाकी कर लांगे। ये कन्वेंस दी है, कितनी दी कन्वेंस? 1500 ते 500 वाला तो मेरे पास नहीं। तेरे को है 500? नहीं जी। अरे बड़ा फिर है, नहीं नहीं जी, आ फड़ ला। पर ये जिते तार नहीं है, छत चढ़ के खंभे दी तारा हाथ पा ना, तारा ना पाइया साले आप तो लम्मा पै जाएगा ना। वैसे बड़िया गल्ला कर रहा, तू भी चिट्टा गोरा जाके नहर ते खलोया कर, 500-600 रुपए का कारीगर है। छोटा रोटी जी मंगाई भेज दो, फिर मैं खा के सोना, सुन लिया मैं कड़ाई। ਤੁਸੀਂ ਬੈਠੋ, ਤਸ਼ਰੀਫ ਰੱਖੋ, ਇੱਧਰ ਆਓ, ਇੱਧਰ ਆਓ। ਬਿਸਮਿਲ੍ਲਾ ਬਿਸਮਿਲ੍ਲਾ, ਵਾਹ ਜੀ ਵਾਹ। ਇਸ ਤਰ੍ਹਾਂ ਹੀ ਲਾਇਆ ਲਵਲਡੀ ਗਈ ਭੈਣ ਜਵਾਨ ਆ, ਗੁਰਦੇ ਫੇਲ ਆ। ਮਾਸ਼ਾਅੱਲਾ, ਗੁੱਲੇ ਬਾਣੇ ਪੱਪੇ ਚ ਘੁੰਮ ਗਏ। ਲਿਆਓ ਜੀ ਤੌਲੀਆ ਸ਼ੇਵ ਕਰੀਏ। ਆਉਂਦੀ ਤੁਸੀਂ ਤਾਂ ਐਵੇਂ ਜ਼ਹਿਰ ਬਣਾ ਲੈਂਦੇ ਜੀ। ਮਾਲਿਸ਼ ਕਰੋ ਮੇਰੀ ਕਰਕੇ। ਅੱਲਾ ਮਾਲਿਸ਼ ਕਰਨੇ ਆ, ਮੈਨੂੰ ਜ਼ਰਾ ਸਾਫ ਲੱਭ ਲੈਂਦੇ। ਸਾਫ ਤੇ ਵਾ ਕੇ ਕਰਨੀ, ਉਹ ਕਿੱਡਾ ਮੁਤਮੀਨ ਬੈਠਾ, ਉਹਨੂੰ ਪਤਾ ਮੇਰੀ ਦਿਹਾੜੀ ਲੱਗ ਜਾਣੀ। ਸਾਲਿਆ ਇੱਧਰ 35 ਦੇ ਝੂਟੇ ਲੈ ਗਈ ਸਾਡੀ ਕੁਰਸੀ ਤੇ। ਝੂਟੇ? ਇਹ ਝੂਟੇ? ਹੋਰ ਤਾਂ ਓ ਭਾਈ, ਓਹੋ, ਉਹ 2 ਵਜਣ ਦਾ ਹੈ। ਇਹ 2 ਕਿਉਂ ਵਜ ਰਹੇ? ਇਹ ਘੜੀ ਮੈਂ ਬਣਾਈ, ਇਹ ਵਜਣੇ ਹੀ ਆ। ਇਹ ਰਾਤ ਕੇ 2 ਕਿ ਦਿਨ ਕੇ 2? ਤੁਸੀਂ ਜਿਹੜਾ ਮਰਜ਼ੀ ਸਮਝੋ, ਆਪਣਾ ਜ਼ਿਹਨ ਉੱਥੇ ਹੀ ਰੱਖਣਾ। ਤੁਸੀਂ ਜ਼ਿਹਨ ਨਹੀਂ ਉੱਧਰ ਖੜਨਾ, ਬੈਠ ਜਾਓ ਤੁਸੀਂ। ਹੋਰ ਸੁਣਾ, ਆਪਣਾ ਨਾਮ ਪਤਾ ਲਿਖਾ ਦਿਓ। ਮਿਸ ਜੀਨਾ। ਮਿਸ ਜੀਨਾ, ਤੇਰਾ ਕੀ ਨਾਮ? ਦਲਾਲ। ਸੈਕਟਰੀ ਨਹੀਂ? ये दलाल का क्या मकसद? ये इंग्लिश में कहते हैं सेक्टरी, सेक्टरी, सेक्टरू, ट्रू नहीं, ट्री। ओ स्कूटरू, की नाम है सिस्टर दा? आप मेरे सेक्टरी की तोहीन कर रहे हैं। अगे बड़ा मोटरवे ते पुठा तुर पेंगा। ये पुठा तुरना क्या होता है? सारा असी दसण दा ना, साडा ज़ेहन नहीं खवाना, ही ज़ेहन ठीक कर दे ना। दाड़ा की मिर्ची ना जी बंदी है, है कोई चलो मैं चुमिया दे के पास होया, तुसीं बीए किस तरह कीता? हमने जहां से बीए किया वो हमारा मास्टर हमारा मामू था। इनू मामू दसया ओ सदीक गामू सी करियाने वाला। बड़ी गल्ला करना पठाना, करो मुफ्त साइकिल लेके चलाना ना भी बगैर गद्दी तो। ओ जिने चलाई ओ बैठा, मां ते कैंची चला गुजारिया। मनीर धड़के ਮਗਰ ਹੀ ਪੈ ਗਈ ਹੈ।
इतनी प्यारी
इतनी प्यारी कहाँ है? लो अपना अपना ही पंप लोया अंदर आप ही हवा भर लेंदा आप ही कट लेंदा ਇਸ ਤਾਂ ਮੈਨੂੰ ਵੀ ਡਬਲ ਮਾਈਂਡਡ ਕਰ ਦਿੱਤਾ ਡਬਲ ਮਾਈਂਡ ਬਦਲੀ ਮੈਂ ਹਮਾਈਆਂ ਗੁੱਜਰਾਂ ਕੌਣ ਇਤਨੀ ਪਿਆਰੀ ਮੂਛੇ ਇਤਨੀ ਪਿਆਰੇ ਕਾਨ ਗੱਲ ਵਧੇਗੀ ਬਾਈ ਇਤਨੇ ਪਿਆਰੇ ਇਹ ਦੇਖੋ ਨਾ ਮੈਂ ਯਾ ਸ਼ੂਟਿੰਗ ਕਰਨੇ ਆਈ ਹਾਂ ਨਾ ਸੈਟ ਹੈ ਨਾ ਲਾਈਟ ਹੈ ਤੂੰ ਸ਼ੂਟਿੰਗ ਕਰਨੀ ਹੈ ਮੈਂ ਅੰਦਰ ਇੱਕ ਸੈਟ ਲਾਇਆ ਹੋਇਆ ਸੱਚੀ ਹਾਂ ਆ ਜਾ ਚਲੋ 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 ਆ ਮੈਂ ਕਿਹਾ ਮੇਰੇ ਨਾਲ ਹੀ ਹੈ 15 ਮਿੰਟ ਬਾਅਦ ਪਤਾ ਇੱਥੋਂ ਹੱਥ ਲਾ ਦੇ ਕਾਹਦੀ ਕਮਜ਼ੋਰੀਆਂ ਨਜ਼ਰ ਆ ਰਹੀਆਂ ਨੇ
मुझे तुम मुतासर नहीं कर सकते। तुम प्रोफेसर हो? नहीं। हाँ? अल्लाह दी रहमत ना बैश टाइम बढ़िया की दसी। अच्छा 12 बजे जानी बत्ती? ओ मेरे भरा समझ गए। हाय 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 मूह नाल गल कर भांडे क्यों हिलाउंदी? हाय 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 नहीं हटना? नहीं। चल हुण कर फिर गल वध गई हुण कर बई।
ਗੱਲ ਦੱਸੀ ਇਹਨਾਂ ਨੇ ਅੱਛਾ ਗੁੱਗੇ ਮਾਨੇ ਪੱਪੇ ਧੀਆਂ ਦਾ ਲਾੜਨਾ ਕਰ ਸਾਡਾ ਜ਼ਲੀਲ ਕੀਤਾ ਇਹਨੇ ਮੈਨੂੰ ਕੀ ਕੀਤੀ ਕੀ ਇਛੇ ਗਈ ਮੈਨੂੰ ਕਹਿੰਦੇ ਮੈਂ ਕੱਪੜੇ ਲੈਣੇ ਨੇ ਉਹ ਤਾਂ ਥਾਂ ਲਗਾ ਲਿਆ ਤਾਇਰਾਂ ਤਰਾਸ਼ੀ ਲਈ ਥਾਂ ਫੜਿਆ ਗਿਆ ਹਾਂ ਉਹਦੀ ਟੋਪੀ ਵਾਲਾ ਬੁਰਖਾ ਪਾ ਕੇ ਲਗਾਇਆ ਸੀ ਇਹ ਬਹੁਤ ਝੂਠ ਬੋਲਦੇ ਆ ਇਹ ਝੂਠ ਹੀ ਬੋਲਦਾ ਅਸਲਾਂ ਦਾ ਇਹ ਝੂਠ ਬੋਲਤੇ ਮੈਂ ਤੇਰੇ ਮੁਰਸ ਦਾ ਮੁੰਡਾ ਨਹੀਂ ਉਹ ਠਹਿਰ ਜਾ ਓਏ ਉਹ ਮੈਕਡੋਨਲਡ ਦੇ ਜ਼ਨਾਨੇ ਠਹਿਰ ਜਾ ਮੇਰੇ ਤੋਂ ਜੋ ਕਰ ਕਿਹੜਾ ਜ਼ਨਾਨਾ ਬਦਤਮੀਜ਼ ਆ ਇੱਥੇ ਤੂੰ ਪਿੰਡ ਬਣੀ ਆਹੀ ਇੱਥੇ ਪਿੰਡ ਕੁੱਤਾ ਬਣੀ ਦਾ ਪੁੱਤਰ ਤੈਨੂੰ ਕੱਲ ਕਿਹਨੇ ਬੋਲੇ ਸੰਗਲੀ ਪਾ ਬੰਨ ਇੱਥੇ ਬੰਨ ਚੱਲ ਬਤਾ ਭਾਬੀ ਜੀ ਮੈਂ ਤਾਂ ਤਲਾਕ ਲੈ ਕੇ ਦਿਆਂਗਾ ਤੁਸੀਂ ਘਰਾਣੇ ਨਹੀਂ ਆਂਦੇ ਜਾਂਦੇ ਨਹੀਂ ਤਲਾਕ ਮੈਂ ਨਹੀਂ ਦੇਣੀ ਤਲਾਕ ਯਾਰ ਤੇਰੇ ਬਾਹਰ ਦੂਸਰੀ ਪਾਜੀ ਬੈਠੀ ਆ ਯਾਰ ਕਿੱਥੋਂ ਆ ਗਈ ਭਾਬੀ ਆ ਗਈ ਭਾਬੀ ਆ ਗਈ ਚਲੋ ਹੁਣ ਸਾਡੀਆਂ ਤਨਖਾਹਾਂ ਵੀ ਪੂਰੀਆਂ ਹੋ ਜਾਣਗੀਆਂ ਭਾਬੀ ਆ ਗਈ ਭਾਬੀ ਸਾਲਿਆ ਕਮਰਸ਼ੀਅਲ ਬੈਂਕ 'ਚ ਲੱਗੀ ਆ ਭਾਬੀ ਤੇ ਵੇਖੋ ਯਾਰ ਦੇਖ ਲਈ ਹੁਣ ਤੂੰ ਘਰੋਂ ਲਿਆ ਵੀ ਵੇਖੀਏ ਓਏ ਮਿਸ ਮਿਸ ਗੱਲ ਬੋਲ ਨਹੀਂ ਤੱਕਾ ਮਾਰ ਮੈਨੂੰ ਯਾਰ ਆ ਕੇ ਸਹਿ ਤੋ ਅੱਛਾ ਮੈਂ ਆ ਗਿਆ ਸ਼ਾਹ ਜਵਾਨ ਇਹ ਭਰਜਾਈ ਨਾ ਨਾ ਹੋਵੇ ਮੈਂ ਤੇ ਕਹਿਣਾ ਲਾਈਟਾਂ 'ਚ ਹੀ ਵੱਟੇ ਮਾਰੋ ਤੇ ਚੱਲਣ ਦੇ ਉਹ ਗੱਲ ਕਰ ਤੂੰ ਨਾ ਕਰੇ ਗੱਲ ਤੂੰ ਨਾ ਕਰੇ ਗੱਲ ਕਿਉਂ ਮੇਰੇ ਮੂੰਹ ਸੱਸ ਸੁਣਨਾ ਚਾਹ ਰਹੇ ਹੋ ਹਾਂ ਤੁਸੀਂ ਸਾਰੇ ਦੁਨੀਆ ਵਾਲੇ ਇਹਨੂੰ ਮੇਰਾ ਭਰਾ ਸਮਝਦੇ ਹੋ ਜੀ ਇਹ ਮੇਰਾ ਭਰਾ ਨਹੀਂ ਤੇ ਪਿਛਲੇ ਖਾਮਨ ਦਾ ਪੁੱਤਰ ਪਾਲਣ ਡਿਆ ਮੈਂ ਹੋ ਉਹ ਤੇਰਾ ਰਵੇ ਕੱਖ ਨਾ ਉਹ ਡਰਾਈਵਰਾਂ ਦੀ ਸਵੀਟ ਡਿਸ਼ ਜਬਲ ਜਹਾਨ ਦੀ ਸੱਚ ਸੁਣ ਕੇ ਬਦੀਦ ਹੋ ਗਏ ਭਾਬੀ ਤੁਹਾਡੀ ਗੱਡੀ ਕਿੱਥੇ ਬਾਹਰ ਹੈ ਆ ਮੈਂ ਸ਼ਰਾਬ ਵਾਲਾ ਸ਼ਾਪਰ ਫੜ ਲਿਆ ਮਦਰਾ ਓਏ ਭਰਜਾਈ ਸਾਡੀ ਸ਼ਰਾਬ ਹੈ ਜੀ ਪੁੱਛੂਗੀ ਅੱਛਾ ਬਤਮੀਜ਼ ਆਦਮੀ ਗੁੱਗੇ ਮਾਨੇ ਕੱਢ ਲੈ ਮੈਂ ਤੈਨੂੰ ਕਿਸ ਤਰ੍ਹਾਂ ਛੱਡਾਂ ਭਾਵੇਂ ਜਾਣਦੇ ਹੋ ਤੁਹਾਡੀ ਧੀਆਂ ਰਗੀ ਆ ਜਾਣਦੇ ਹੋ ਬਕਵਾਸ ਤੇ ਨਾ ਬਤਮੀਜ਼ਾ ਭਾਬੀ ਜੀ ਤੁਹਾਨੂੰ ਮੈਂ ਤੈਨੂੰ ਮਾਰਾਂਗਾ ਤੈਨੂੰ ਅੰਤ ਤੱਕ ਲੈ ਕੇ ਜਾਣ ਛੋੜੂਗਾ ਮੈਂ ਤੈਨੂੰ ਅੰਤ ਦਿੱਤੇ ਐਂ ਦੁਆਰਾ ਬੋਲੇ 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 ਬਤਮੀਜ਼ ਤਾਂ ਇੱਥੇ ਯਾਰ ਵੀ ਉਹ ਚਲੇ ਜਾ ਓਏ ਚਲੇ ਜਾ ਧੁੰਦ 'ਚ ਨੱਚਣ ਵਾਲਿਆ ਬਤਮੀਜ਼ ਅੱਛਾ ਤੁਹਾਡੀ ਲੜਾਈ 'ਚ ਮੈਨੂੰ ਪਤਾ ਨਹੀਂ ਕਿਉਂ ਮਜ਼ਾ ਆਉਣ ਲੱਗਦਾ ਲੱਗਦਾ ਦੋਵੇਂ ਭੈਣਾਂ ਲੜ ਪਈਆਂ ਭਾਬੀ ਜੀ ਗੱਡੀ 'ਚ ਬੈਠੋ ਮੈਂ ਤੁਹਾਨੂੰ ਤਲਾਕ ਲੈ ਕੇ ਨਾ ਤੇ ਉੱਤੇ ਪਕੜਾ ਤਲਾਕ ਲੈ ਕੇ ਜਾਉਂਗੀ ਹਾਂ ਲੈ ਕੇ ਜਾਣਾ ਤਲਾਕ ਤਲਾਕ ਲੈ ਕੇ ਜਾਣਾ ਮੈਂ ਤਾਂ ਕਹਿੰਦਾ ਭਾਬੀ ਆਈ ਲੈ ਕੇ ਜਾਉਂਗੀ ਮੈਂ ਤਾਂ ਕਹਿੰਦਾ ਭਾਬੀ ਆਈ ਇਹਨੂੰ ਰਲ ਕੇ ਪੈ ਜਾਓ ਹੈ ਮੈਂ ਜਾ ਰਹੀ ਜਿਸ ਤਰ੍ਹਾਂ ਡਾਈਵਰ ਨੂੰ ਰਕਸ਼ੇ ਨਹੀਂ ਪੈਂਦੇ ਕੰਨ ਖੋਲ ਕੇ ਸੁਣ ਲਓ ਅੱਜ ਤੋਂ ਬਾਅਦ ਇਹ ਬਦਤਮੀਜ਼ ਸੌਰੇ ਦੇ ਇੱਥੇ ਨਾ ਆਵੇ ਇੱਥੇ ਨਹੀਂ ਆਏਗੀ ਸਾਡੇ ਵਾਲ ਆਏਗੀ ਮੈਂ ਇਹਨੂੰ ਸਲੀਕ ਕਰਾਂਗਾ ਮੈਂ ਤਲਾਕ ਤੇ ਨਹੀਂ ਦਿਆਂਗਾ ਨਹੀਂ ਦਿਆਂਗਾ ਤਲਾਕ ਤਲਾਕ ਬਣਦੀ ਨਹੀਂ ਇਹਨੂੰ ਦੇਣੀ ਅਸਲਾਮ ਅਲੈਕਮ ਵਾਲੇਕਮ ਅਸਲਾਮ ਕੀ ਹਾਲ ਚਾਲ ਹੈ ਜੀ ਇਹ ਚਾਚਾ ਜੀ ਹਾਂ ਜੀ ਐਨਕ ਨਜ਼ਰ ਦੀ ਹੈ ਨਹੀਂ ਮੇਰੀ ਅੱਗੇ ਹੋ ਜਾ ਬਜ਼ੁਰਗਾ ਅਗਲੇ ਸਟੇਸ਼ਨ ਨਜ਼ਰ ਮਾਮਾ ਲੱਗਦਾ ਮੇਰੀ ਐਨਕ ਅਸਲਾਮ ਅਲੈਕਮ ਬਾਬਾ ਜੀ ਅਸਲਾਮ ਅਲੈਕਮ ਕੀ ਹਾਲ ਬੜੇ ਦਿਨਾਂ ਬਾਅਦ ਤਸ਼ਰੀਫ ਲੈ ਆਇਓ ਬਸ ਜੀ ਖਿਦਮਤ ਕੋਈ ਆ ਡਾਂਗਾ ਕਢੋ ਅੰਦਰੋਂ ਇਹ ਤੁਹਾਨੂੰ ਚਾਹੀਦੇ ਸਨ ਮੁੰਡਾ ਸੇ ਮੈਂ ਲਿਆ ਕੇ ਦੇ ਦਿੰਦਾ ਨਹੀਂ ਉਹ ਦੇਗਾਂ ਚੁੱਕਣੀਆਂ ਜਨਾਬ ਅੱਛਾ ਅੱਛਾ ਮੈਂ ਡਾਕਟਰ ਨਾਗੀ ਸਾਨੂੰ ਮਿਲਣ ਸੀ ਨਵੇਂ ਡਿਸਕੋਰ ਮਸਾਤੀ ਡਾਕਟਰ ਨਾਗੀ ਡਾਕਟਰ ਨਾਗੀ ਮਾਸ਼ਾਅੱਲਾ ਮੂਹੀ ਤੇ ਲੈ ਵੈਸੇ ਤੇ ਫਿੱਟ ਹੋ ਹਲੋ ਇਹ ਡਾਕਟਰ ਘਰੋਂ ਆਪਣੇ ਮਿਸ਼ਨ ਨਿਕਲੇ ਆ ਕਮਾਲ ਵੀ ਮੈਂ ਨਾ ਤਾਂ ਸੱਕੜਾ ਬੰਦਾ ਸਿਹਤਮੰਦ ਹੈ ਮੇਰੀ ਮਜਬੂਰੀ ਸੁਣ ਲਓ ਪਹਿਲੇ ਜੀ ਐ ਮੇਰੀ ਬੱਚੀ ਮੇਰੀ ਇਜਾਜ਼ਤ ਤੋਂ ਬਗੈਰ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰਤਾ ਉਹਨੇ ਕਾਮਯਾਬੀ ਨਹੀਂ ਹੋਈ ਜ਼ਹਿਨੀ ਮਰੀਜ਼ਾ ਹੋ ਗਈ ਸੀ ਇੱਥੇ ਦਾਖਲ ਹੋਈਏ ਮੈਂ ਉਹਦਾ ਪਤਾ ਕਰਨ ਆਇਆ ਤਬੀਅਤ ਕੈਸੀ ਉਹਦੀ ਦੇਖੋ ਤੁਸੀਂ ਆਪਣੀ ਬੱਚੀ ਨੂੰ ਕਿਉਂ ਫਿਲਮਾਂ 'ਚ ਕੰਮ ਕਰਨ ਦਿੱਤਾ ਮਜਬੂਰੀ ਬਈ ਫਿਲਮਾਂ ਚੱਲ ਨਹੀਂ ਰਹੀਆਂ ਬੱਚੀ ਦੀ ਸੀਡੀ ਬਣਾਓ ਉਹ ਕਿਹੜੀ ਬੇਬਸ ਜਵਾਨੀਆਂ ਇਹ ਕਿਹੜੀਆਂ ਜੀ ਇਹ ਬੇਬਸ ਕਲੀਆਂ ਤੋਂ ਬਾਹਰ ਨਿਕਲੀਆਂ ਅਜੇ ਤੇ ਬੇਬਸ ਫੁੱਲ ਵੀ ਆਉਣ ਨਾ ਨੇ ਐ ਬੱਚੀ ਮੇਰੀ ਕਿੱਥੇ ਠੀਕ ਹੋ ਗਈ ਬਲਾ ਬੱਚੀ ਮਿਹਰਬਾਨੀ ਮਿਹਰਬਾਨ ਤੁਹਾਡੀ ਮਿਹਰਬਾਨੀ ਬੱਚੀ ਐ ਦੇਖ ਮਾਸ਼ਾਅੱਲਾ ਮਾਸ਼ਾਅੱਲਾ ਦੇਖੋ ਕਿੱਥੋਂ ਤੱਕ ਨੇਕ ਹੋ ਗਈ ਦੇਖੋ ਮਾਸ਼ਾਅੱਲਾ ਚਸ਼ਮੇ ਬਦੂ ਜਾਲਾ ਤੇਰਾ ਸ਼ੁਕਰ ਹੈ ਮੇਰਾ ਮਾਲਕਾ ਮੇਰਾ ਪੁੱਤਰ ਬਿਲਕੁਲ ਠੀਕ ਹੋ ਗਿਆ ਜੀ ਮੈਂ ਬਿਲਕੁਲ ਅੰਦਰ ਕੀ ਕਰ ਰਹੇ ਸੋ ਅੱਬੂ ਜੀ ਮੈਂ ਨਾ ਦੀਨ ਕੀ ਬਾਤੇ ਸੁਣ ਰਹੀ ਮਾਸ਼ਾਅੱਲਾ ਜੀ ਟੀਵੀ ਤੇ ਦੀਨੀ ਪ੍ਰੋਗਰਾਮ ਬੜੇ ਅੱਛੇ ਤਰੀਕੇ ਨਾਲ ਹੁਣ ਸੁਣਦੀ ਆ ਅੱਛਾ ਅਰਬੀਆਂ ਦਾ ਪ੍ਰੋਗਰਾਮ ਨਹੀਂ ਛੱਡਦੀ ਪਤਾ ਨਹੀਂ ਕੀ ਵਜ੍ਹਾ ਯਾਨੀ ਨੱਚਣਾ ਜ਼ਰੂਰ ਆ ਭਾਵੇਂ ਸਲਾਬ ਦੇ ਜ਼ਰੀਏ ਮੈਂ ਪਾਣੀ ਪਿੱਛੇ ਆ ਹੋਇਆ ਇਹ ਇਹ ਠੁਮਕਾ ਸਲਾਬ ਵਾਲੇ ਵਾਲੀ ਤੇ ਆ ਜਿਹੜੇ ਬਚ ਗਏ ਨੇ ਤੇ ਆ ਜਿਹੜਾ ਜਿਨ੍ਹਾਂ ਦਾ ਕੁਝ ਰਹਿੰਦਾ ਆ ਗਿਆ ਜੀ ਲਾਲ ਕਮੀਨ ਦੇ
फिर भी हल्की अग दी आंच ते ऐसा मुजरा पकाउंदी आ। नहीं फिर जवान जान खुदा नूं देनी है। अच्छा? तेरी वालदा दा अपना ही जायका। वो नाल लिमको खांदी आ। भई की रहता जी रे साले बेवकूफ मावां दी गल्लां करण दे। ओ बाबा भोली कहे कौन है नूं नूं अखां मारन वाला। ये नूं को आंखी क्यों मारते हैं? अजे हो जे बाबे साई रात केबल ते गंदे गंदे फिल्मां वेंदे सवेरे मुंह च चक निकलदी मर जांदे ते औरतां कहण नहीं आउंदियां हाय हाय किड्डा नेक बाबा अजाने वाले मौत आई सू। बड़ा मुश्किल काम है छड़ पर तू पूछना जरा ओनु पूछ जिन्ने कीता है हां ओनु पूछ जरा कुछड़ चुकी फिरदा ये जमना क्या होता है लो मेरे नाल लो जी मैं ले चले अंदर आज पा मेरी जान निकल जाए इनु सारी गल्ला दसांगा आओ जाओ इधर आ बीबी इधर इधर बताओ तेनु किसे गल दा नहीं पता एड़ी बड़ी किवें हो गई इनु ओ बोलिए ओए ऐसे बोटी गरम मुंह पा ली हां जी ए चाचा जी जी तंदुरुस्त लैके निकल गई डॉक्टर तेरी गल लम्मी है तेनू रक्षा ना करा दिया करा जो किला ठोकांगे मिट्टी निकलेगी तेनू पता लगेगा। कमाल है हर गल ना क्या होता है बेजना क्या होता है अंदर क्या होता है जमना क्या होता है असि चौथी च पढ़ते सानू नहीं पता ਸਾਡਾ ਦਿਮਾਗ ਖਾ ਲਿਆ ਇਹਨਾਂ ਤੇ ਮੈਂ ਮੈਡੀਕਲ ਕੇਅਰ ਕਰਨ ਲੱਗਿਆ ਨਹੀਂ ਫੁੱਲ ਕੀਤੀ ਇਹ ਕਹੀ ਜਾ ਰਹੇ ਓਹ ਆ ਜੀ ਆ ਜੀ ਓਹ ਹੋ ਵੱਜ ਗਈ ਹੋਈ ਇਹ ਚਾਚਾ ਜੀ ਹਾਂ ਜੀ ਇਹ ਜਿਹੜਾ ਗੋਲੀ ਵਾਲੀ ਡੱਬੀ ਤੇ ਬਾਬਾ ਪੜਵਈਆ ਤੁਹਾਡਾ ਬਕਵਾਸ ਕਰ ਗਿਆ ਆਪਣਾ ਚਾਚਾ ਜੀ ਹਾਂ ਜੀ ਜੇ ਗੋਲੀ ਵਾਲਾ ਪੜਵਈਆ ਹੈ ਹਾਂ ਜੀ ਤੇ ਕੇਐਫਸੀ ਵਾਲਾ ਤਾਂ ਜੁਆਈ ਹੋਣਾ ਫਿਰ खलोता कौन मेरी रात की धोती नहीं लभन डई कितो लभनी सुता भी चौकीदार ना सा चाचा जी शादी कर दो चंगा जिहा मुंडा लभ के ना बाद चो मेरा भी सोचो कुछ
बड़े अच्छी गल है, मैं ओदा व्याह करके तेरे से भी चंगा पढ़े लिखा मुंडा लभना। अच्छा जी सुने बाजी भाई जान, लो डॉक्टर ते फारक होया। बदतमीज तेन अज पता लगे मैं कदों दा होया। चलो उतो चाह ना लेना हुण। अच्छा मामू जी ओ पीना भी लगा गया। मैं क्या तू पिछो चाह ना ले। नहीं नहीं मैं कह रहा कि मैं वाजा लेके नाल आना। पिछला परचा नहीं भुगत सकया। इसको मैंने पहचान लिया। अच्छा ये चीरा ब्लेड है। बड़ा तेज ब्लेड ही। दस दस तेरी अम्मी दी टिंड मैं ही की थी। और रौला ही पिया मसीतो पखा लाउंदी फड़ी गई थी। तुसी हसन दे नाल टूटियां लाउन दे सी। अबू जी 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 मुझे ये लड़का पसंद है। डुब के मर जा सारे हो। ए ते मैनू भी पसंद है। ए तो फिर तर के मर तुहानू भी पसंद है। चलो कदी चाचे दियां कदी बाबे दियां खैर है। ओए लंबे नाक लिया लंबे नाक बच्ची दी गल ऐनक बदल लो तुहानू एदे ते भी लंबा नाक ने पिछे लंबा पिछे। चलो ओ मेरे चोना चोना पालू वाला बच्चा बच्चा ना कहीं मां ठंड ना इकट्ठा होया ही। ए चार बारिशां लग लंदे मेरीयां खुलणियां वेखी। तैनू ते पता परसों ताड़े वाले भी खुल्ला सा। बच्चा ही है तू सारा दिन तो तेरा पुत्र कहना दा यार गल सुनना। बेवकूफ आदमी तीह पैंती तू किसे दे लाना पिया। तीह पैंती ला अपने उत्ते पंद्रह भी ला थले तेन होश आवे। मेरे नौंदियां दी फोटो किस लाई। डॉक्टर नागी तेरी जिंदगी दे दो घंटे बाकी ने। दो घंटे तो बाद तेरी गोली बज जानी है। कोई आखरी ख्वाहिश ही ते दस। पूरी करेगा? पूरी करांगा। मैनू छड़ दे। मैं तेनू छड़ना नहीं, मैं तेनू गोली मारनी है इन्हां दोवां दे विच्चों लंघा के। ए गोली इन्हां दोवां दे विच्चों लंघनी है। मैं फिर जुमा पाड़ा। आ जा आ जा ओ पढ़ के बाहर ही निकलना उस्ताद। तिन्हां नूं गोली मार के ना इन्हां दी कबर चौंक च बनानी। क्यों? कबर दी कबर जंप दा जंप। लख लाल तेरे ते बेटा मरन तो बाद भी सड़क तों बंदे टपदे रहणगे। ला जाओ इहना चबड़ा नूं ला जाओ। चलो अगे लग ये कोई नवीं गल नहीं। खिदमत करी जाना। आखी रखना लै के तू आंदा नहीं। आ चंगा कीता इन्हां नूं गोली मारनी बगैर तां बहुत
मार देना गोली। ओ तो बगैरत ने एटे बगैरत तेरा प्यो ते कुछ भी नहीं मशूक दा मुंडा मेरी मशूक दा मुंडा है मतलब है मैं तेरा प्यो मैंने भी डबल माइंडेड कर दिया तू पिछले साल दा रोजा रख के खोले ही नहीं मैं कुछ किया भी नहीं इस गल गोली मारनी तेरे मैं इत्थे गोली मारनी है खबरे कित्थों निकली तेरे मैं ढिड्ड च गोली इस वास्ते नहीं मारनी गोली फस जस की रोना किस गल दा मेरे मुंह ते बांदर बद्दा है मैनू घर जान दे टोबे तैनू अगले घर पहुंचाने हैं चल अगे लग अगे लग तेनू पिछे किसी ने गुलेले च पा के छड़े कौन हो तुसी कातल नौमी नु बुला दियो केड़ा नौमी डॉक्टर दा छोटा भरा सारे दी लाश बना देंगा तेरी नहीं बनानी क्योंकि तू है ही लाश है चल अगे लग अगे लग बोल सीधी टुर जा पौड़ियों दे थले जाके बह जा मैं क्या बाहर कितने औरतों की ट्राली सटाई हर दो मिनट बाद लगी इंदी किवें आई है मैं आज बहुत खुश हूँ जी मैं आज बहुत खुश हूँ ते सारे नु दसो मैं क्या उत्ते आवाज आई है ते इत्थे मरना सी चबल मारी ए मां क्या तानू किस गल दी खुशी है ओ मेरे अब्बा जी ठीक हो गए ना मैं इसलिए तानू खुशखबरी देने वास्ते आई है ते अपने पियो दी खुशखबरी मैनू दसण आई है तेरा पियो मेरा मामा सौरा जे पियो तेरा ठीक हो गया ते खुशियां मना किथे मर गया बेवा औरतों ने सिलाई मशीन देगा मैं मशीन ठीक करना साड़ी मशीन ठीक होनी साड़ी फिरकी सही नहीं बंदी वो सियाणा उन्हें एक अद्धा बखा मार लेना जे मरहूम नु खेडन दी आदत सी तू भी बेवा नहीं मैं ये 0 मीटर हां 0 मीटर है के 5-7 बंदे रल के मीटर पीछे कीता इनू परा कर लो इन्हें
नक चोब देना ताड़ी सिस्टर नू पिछों दी नंग मेरा काम ना होवे पता एक मिनट ठहरी तेरे अलवी अमना ओ तेरी तेरा खसम भी मर गया है अल्हम्दुलिल्लाह दसन दे इस तरह फकर ना दें जिस तरह उम्रे दे गया गैर मजहब बंदा पै गया सानू मेरे नाल राम गल करी मैं कड के रोड़ा तेरे मुंह ते मारना ते रोड़ा मैं कितों लैण नहीं जाना तेरी मां ने मैं जिवे तेन पालिया जानी जे लाहौर के तमाश भी जानते किथे किथे फंक्शन नहीं किया तेन पालन की खातर एक जगह ते फंक्शन किया साठ बंदे देसी शराब ते तंबू ओथे ओथे चूंडी वड़ी जिथे बंदा खुरक नहीं कर सकता ओ ते फंक्शन मुकया फिर असी एक दूसरी नु खुरकिया एक बंदे ने मेरी दंदी वड़ी मेरा हासा निकल गया क्यों ओदे मुंह च दंद कोई नहीं सी ओ मैनू कुत कता रही ऐसा ऐसा जलील तमाश भी मिले एक मुछा वाला तमाश भी मैं लक च वार वार कर निछ वार निछ वार तेरी मां जिंदगी फरीदा पिनी वाली निछा निकल समझ आ गई है मैनू सारी गल दी परे हो जाओ लैन बना लो बदमाश भूतने लगा जी उस्ताद दो घंटे है नी साडे को मैं क्या गल सुनो जी दो घंटे ने साडे को जिंदगी गुजारन वास्ते कोई तफरी दी लोड़ है गाना शाना गा के सुनाओ नचना गाना आंदा ही की कहता है मैनू परवानी कित्थों है ये इलाका गैर दा काम पर उस्ताद इन्हां नूं तुसीं की समझे भी असीं तुहानूं पछाणिया नहीं अल्लाह जरा लो बाजी एक तो तुहाडी भैन छिली गई है मैं फिर छिली गई है मेरे नाल बकवास ना करी आ फाड़ की उस्ताद ये ते विचो देवता सी नानी निकली अलाजा अपनी मां दा जाटा तेरी सेहत है पिस्तौल फड़न वाली सालिया और राम ना बह क्यों तेनू मैं पता क्यों नहीं कुछ कहंदा क्यों तू सोना ही बना चल जा के उसनु बन ओ भाई जी कादली पिस्तौल लेके फिरन दे बंदा मारना है हैं किन्ने कहया तन्नू डॉक्टर नागी नु मारना है अच्छा ओदी जनानी ने मेनू 2.25 लाख रुपया दित्ता 2,25,000 जी कल सुन वे लूडो दे सप्पा मैं फिर 99 ते डंग मारना ही तू मेनू 101 ते भी मारे ते मेनू कोई फर्क नहीं पैना दस मिनट क्यों कतल करना चाहना है तेरी जनानी ने मैंने 2.25 लाख रुपए दिता तेरी लाश दा उस बेवफा औरत ने मैंने कतल करने पैसे दे तेरे जी ठीक मेरा डील बना बना मेरा डील जी मनीर बलराज मनूस दे वजह से मेरा डील बना किने पैसे दे तेनु 10 मैं तेरे पैसे देंगा ओनु कतल कर दे ओनु किवें मारा मैं जिने पैसे कहते तो दूंगा मारा उसनु किवें ओनु एप्टाबा ले जा ओदी गड्डी खाई छोड़ दे ते गड्डी दा किराया कौन देगा6 लाख रुपया देना पड़ेगा डन मंजूर डील बना ला उतों बेच दे
तीन हाथ तो वेच दे, लेकिन एक शर्त है, तेरी लाश लेके जानी पड़ेगी। ठीक है, फिर मेरे को पैसे उधर ले दियो, फरिश्ते मेरा हिसाब लेने आएंगे। मैं तेनू पैसे दे, चलो ठीक है, तेन मैं छड़ देना, मैं मार देना। छे लाख रुपया तेन मैं देंगा। नहीं, मैं तेरे इतबार नहीं। पौने 6 लाख? नहीं, 5.5 लाख। कभी नहीं हो सकता। तेरे 5 रुपये नहीं मिलने सालिया, कितने लखा दी गल करने। ये गल गई, कौन देगा पैसे? ओ जड़ा निका जा कतूरा जा, ओके चिट्टा अपना चिट्टे जा, एन 6 लाख दे। चल ठीपे चुकने वाली माई दे बच्चा, चल अगे लग। 6 लाख रुपया देना कीता है? ओए अगे लग, ओए 6 लाख दे देनू मेरे वाला। आहो इहनू भला मैं क्यों ले जा रहा? क्यों? पैसे ना भी आए। जा जा कुछ नहीं होता, जा तू देखी जाए। ये और मैं कतल करवाना चाहती हूँ। मैं सरताज निकल जाए, माफ कर दो, निकल जाए तो कुके निकल जा। तू मेरे कतल का एडवांस देता है, वो तो मैंने कहनी माफ कर दे, माफ कर दे। मैं तेनु कीवे माफ कर दिया, कीवे माफ कर दिया? सानू कभी किसी ने माफ की था? मुझे माफ कर दो, मुझे आज पता चला है कि मियां बीवी एक गाड़ी के दो पहिए, प्लीज मुझे माफ कर दो। उठ, मैं भी कुछ संगदल मर्द नहीं। मियां बीवी वाके एक गाड़ी के दो पहिए होते हैं, और ये एक पहिए जब आका डबा तो होते गुजारा करी जाता है, रोला नहीं पा दीता होता, समझे कुके? ठीक है। हाँ, कुके काने बस भाई जी, ठीक है मेरा ब्याह कर दे। हाँ। नहीं तो आज तो बाद इस घर च नहाएगा कोई नहीं। पैसे दे दे पैसे हुण जा, मियां वाली टांगे दी टेप ते नचिया कर। वल वल कतल करे शमका मरे मंड यार। हा चलो मैं ते टांगे दी टेप ते नच लांगी जी। आ जदों खुसरी आंदी सी ना जी जी, इहनूं बंदा है कि नचण वास्ते पिंड बुक करके लै गया। अच्छा, उहनां दे कोल कोई टेप ही कोई नहीं। अच्छा, उहनां नूं आंदा ट्रैक्टर स्टार्ट कर लो जी। सारी रात ट्रैक्टर दी ठक ठक ते नचिया। फिर ओह ते सवेरे डीजल मुक्का ते जान छुट्टी। ओह ते डीजल मुक्का जान छुट्टी, अज बेटे बत्ती जाएगी ते जान छुट्टी। नच